ਉਹਦਾ 1:28। ਇਹ ਮੈਂ ਵਚਨ ਤੁਹਾਨੂੰ ਇਸ ਲਈ ਸੁਣਾ ਰਿਹਾ ਕਿ ਜਦੋਂ ਅਸੀਂ ਖੁਦਾ ਦੇ ਘਰ ਵਿੱਚ ਦਿੰਦੇ ਹਾਂ ਤਾਂ ਸਾਨੂੰ ਵਧਾ ਕੇ ਕੀ ਕਰਦਾ? ਮਲਟੀਪਲਾਈ। ਮਲਟੀਪਲਾਈ ਦਾ ਮਤਲਬ ਵਧਾਉਣਾ, ਉਹਨੂੰ ਵਧਾਉਣਾ, ਵਾਧਾ ਕਰਨਾ। ਠੀਕ ਹੈ, ਆਓ ਦੇਖਾਂਗੇ ਜੀ 1:28 ਐਤ ਕੀ ਕਹਿੰਦਾ ਪਰਮੇਸ਼ਵਰ ਦਾ ਵਚਨ। ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ। ਪਰਮੇਸ਼ਵਰ ਨੇ ਆਦਮ ਨੂੰ ਆਸ਼ੀਸ਼ ਦਿੱਤੀ, ਮਤਲਬ ਬਲੈਸ ਕੀਤਾ। ਹਾਂਜੀ। ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਤੇ ਵਧੋ। ਫਲੋ ਅਤੇ ਕੀ ਕਰੋ? ਹਾਂਜੀ, ਅਤੇ ਧਰਤੀ ਨੂੰ ਭਰ ਦਿਓ। ਅਤੇ ਧਰਤੀ ਨੂੰ ਕੀ ਕਰ ਦੋ? ਹਾਂਜੀ, ਅਤੇ ਉਹਨੂੰ ਆਪਣੇ ਵਸ ਵਿੱਚ ਕਰੋ। ਅਤੇ ਉਹਨੂੰ ਆਪਣੇ ਵਸ ਵਿੱਚ ਕਰੋ। ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ, ਅਤੇ ਆਕਾਸ਼ ਦੇ ਪੰਛੀਆਂ ਦੇ ਉੱਤੇ ਅਤੇ ਸਾਰੇ ਧਰਤੀ ਉੱਪਰ ਕਿਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ। ਅਤੇ ਸਾਰੀ ਧਰਤੀ ਉੱਪਰ ਕਿਸਰਨ ਵਾਲਿਆਂ ਜੀਆਂ ਉੱਤੇ ਕੀ ਕਰੋ? ਰਾਜ ਕਰੋ। ਸਭ ਬੋਲੇ ਆਮੀਨ। ਤੂੰ ਕਿੰਨੇ ਲੋਕਾਂ ਨੂੰ ਸਮਝ ਆਈ ਆ? ਤੂੰ ਇੱਥੇ ਪਰਮੇਸ਼ਵਰ ਕੀ ਗੱਲ ਕਰ ਰਿਹਾ ਕਲੀਸੀਆ ਦੇ ਨਾਲ? ਕਲੀਸੀਆ ਨੂੰ ਕਹਿ ਰਿਹਾ ਮਲਟੀਪਲਾਈ। ਸੈਲ ਬੋਲੋ ਮਲਟੀਪਲਾਈ। ਤਾਂ ਮਲਟੀਪਲਾਈ ਦਾ ਮਤਲਬ ਵਧਾਉਣਾ, ਵਧਾਉਣਾ। ਸੁਣੋ ਇੱਕ ਐਤ ਹੋਰ, ਫਿਲਪੀਆਂ ਉਹਦਾ 4:17। ਫਿਰ ਇਹਨਾਂ ਦੋਨੋਂ ਨੇ ਮੈਂ ਕੋਂਬੀਨੇਸ਼ਨ ਕਰਾਂਗਾ ਇਹਨਾਂ ਦੋਵਾਂ ਦੀ, ਜਿੱਦਾਂ ਡੈਕੋਰੇਟ ਕਰੀ ਦੀ ਨਾ ਵਿੱਚ ਅਲੱਗ ਅਲੱਗ ਚੁੰਨੀ ਲਾ ਕੇ, ਤੁਸੀਂ ਤਾਂ ਕੋਂਬੀਨੇਸ਼ਨ ਬਣਾਉਣਾ, ਉਹ ਮੈਂ ਦੱਸਾਂਗਾ ਤੁਹਾਨੂੰ ਕੀ ਕਰਨਾ। ਸੈਂਡਵਿਚ ਕਿੰਨੇ ਲੋਕ ਖਾਂਦੇ ਆ? ਕਿੰਨੇ ਲੋਕਾਂ ਨੇ ਸੈਂਡਵਿਚ ਖਾਧਾ? ਸੈਂਡਵਿਚ, ਵੈਰੀ ਗੁੱਡ। ਮਮਤਾ ਨੇ ਸੈਂਡਵਿਚ ਖਾਧਾ। ਹੋਰ ਕੋਈ? ਦੋ। ਹੋਰ ਕੋਈ? ਹੋਰ ਕੋਈ? ਸੈਂਡਵਿਚ, ਸੈਂਡਵਿਚ, ਸੈਂਡਵਿਚ ਨਹੀਂ ਖਾਧਾ? ਆ ਬੀਬੀ ਪ੍ਰਵੀਨ ਮੇਰੇ ਲਈ ਵੇਖਣ ਡੀ, ਉੱਧਰ ਮੈਨੂੰ ਚੰਗਾ ਭਲਾ ਖਵਾਇਆ ਘਰ ਜਿੱਦਣ ਗਿਆ, ਉਹ ਜਿਹੜੇ ਉੱਤਰ ਮੈਂ ਪਾਉਂਦੇ ਹੋ ਕਿ ਸੈਂਡਵਿਚ ਹੀ ਆ ਉਹ? ਬ੍ਰੈਡ, ਇੱਕ ਥੱਲੇ ਬ੍ਰੈਡ ਲਾਉਣਾ, ਵਿੱਚ ਕਰੀਮ ਲਾਉਣੀ, ਫਿਰ ਉਹਦੇ ਉੱਪਰ ਬ੍ਰੈਡ, ਤਾਂ ਕੀ ਹੋ ਜਾਂਦਾ? ਤਾਂ ਅੱਜ ਆਪਾਂ ਸੈਂਡਵਿਚ ਬਣਾਉਣਾ, ਪਹਿਲੇ ਝਿੜਕਾਂ ਨਾਲ ਸੈਂਡਵਿਚ ਬਣਾਇਆ, ਹੁਣ ਬਾਈਬਲ ਨਾਲ ਸੈਂਡਵਿਚ ਬਣਾਵਾਂਗਾ ਤੁਹਾਡਾ। ਸੁਣੋ ਮੇਰੇ ਭੈਣ ਭਰਾਓ, ਮੈਂ ਤੁਹਾਡੇ ਘਰ ਦੀ ਇੰਨੀ ਵੱਡੀ ਤਰੱਕੀ ਦੇਖਣੀ ਚਾਹੁੰਦਾ ਕਿ ਲੋਕ ਤੁਹਾਡੇ ਦਾਸ 'ਤੇ ਫਕਰ ਕਰਨ। ਤਾਂ ਬੁੱਧੂ ਉਹ ਤੁਹਾਡੇ ਕਰਕੇ ਤਾਂ ਲੋਕ ਚਰਚ 'ਚ ਆਉਣੇ ਆ, ਜੇ ਤੁਸੀਂ ਬੁੱਧੂ ਬਣ ਗਏ ਤਾਂ ਤੁਹਾਡੇ ਲਈ ਵੇਖ ਕੇ ਦੂਜਾ ਕੀ ਲੈਣ ਆਉਣਾ? ਉਹਨਾਂ ਕਹਿਣਾ ਇਹ ਤਾਂ ਇੰਨੇ ਚਿਰ ਤਾਂ ਜਾਂਦੇ, ਤਾਂ ਕੋਠਾ ਅਜੇ ਤੱਕ ਨਹੀਂ ਬਦਲਿਆ ਹੈ, ਇਹਦਾ ਸਾਈਕਲ ਅਜੇ ਵੀ ਉਹੀ ਆ, ਇਹਦੇ ਘਰ 'ਤੇ ਬੱਚਾ ਵੀ ਨਹੀਂ ਹੋਇਆ। ਪਰ ਉਹਦੇ 'ਚ ਕਾਰਨ ਨਾ ਤਾਂ ਪ੍ਰਭੂ ਦਾ ਅਤੇ ਨਾ ਹੀ ਉਹਦੇ ਦਾਸ ਦਾ, ਕਾਰਨ ਕਿਹਦਾ? ਆਪਣਾ। ਹੁਣ ਇੱਥੇ ਪਰਮੇਸ਼ਵਰ ਕੀ ਕਹਿ ਰਿਹਾ? ਕਹਿੰਦਾ ਮੈਂ ਆਦਮ ਨੂੰ ਕੀ ਕੀਤਾ? ਲਿਖਿਆ ਪਰਮੇਸ਼ਵਰ ਨੇ ਉਹਨੂੰ ਆਸ਼ੀਸ਼ ਦਿੱਤੀ, ਤਾਂ ਪੰਜਾਬੀ 'ਚ ਕਹਿੰਦੇ ਬਰਕਤ ਦਿੱਤੀ, ਪੰਜਾਬੀ ਤੋਂ ਹਿੰਦੀ ਵਿੱਚ ਆਸ਼ੀਸ਼ ਕਹਿੰਦੇ, ਤੋਂ ਇੰਗਲਿਸ਼ 'ਚ ਬਲੈਸਿੰਗਸ ਕਹਿੰਦੇ ਕਿ ਬਲੈਸ ਕੀਤਾ, ਮਤਲਬ ਅਲੱਗ ਅਲੱਗ ਤਰ੍ਹਾਂ। ਕੀ ਲਿਖਿਆ? ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ ਫਲੋ ਅਤੇ ਵਧੋ। ਫਲੋ ਅਤੇ, ਹਾਂ ਫਲੋ ਅਤੇ ਵਧੋ, ਅਤੇ ਧਰਤੀ ਨੂੰ ਭਰ ਦਿਓ, ਅਤੇ ਉਹ ਨੂੰ ਹੋਏ, ਅਤੇ ਆਪਣੇ ਵਸ ਵਿੱਚ ਕਰੋ, ਅਤੇ ਸਮੁੰਦਰ ਦੀਆਂ ਮੱਛੀਆਂ, ਅਤੇ ਆਕਾਸ਼ ਦੇ ਪੰਛੀਆਂ, ਅਤੇ ਸਾਰੇ ਧਰਤੀ ਉੱਪਰ ਕ੍ਰਿਸ਼ਨ ਵਾਲਿਆਂ ਉੱਤੇ, ਜੀਆਂ ਉੱਤੇ ਕੀ ਕਰੋ? ਰਾਜ ਕਰੋ। ਸਭ ਬੋਲੇ ਆਮੀ। ਖੁਦਾ ਨੇ ਤੁਹਾਨੂੰ ਕਦ ਲਈ ਚੁਣਿਆ? ਰਾਜ ਕਰਨ ਲਈ। ਪਰ ਅੱਜ ਨਾ ਸਮਝਣ ਕਰਕੇ ਤੇ ਸ਼ੈਤਾਨ ਸਾਡੇ ਉੱਤੇ ਕੀ ਕਰ ਰਿਹਾ? ਸ਼ੈਤਾਨ ਸਾਡੇ 'ਤੇ ਰਾਜ ਕਰ ਰਿਹਾ। ਫਿਲਪੀਆਂ, ਸਭ ਕੋਲ ਫਿਲਪੀਆਂ, ਕਿਉਂਕਿ ਤੁਹਾਡੀ ਹਰ ਪਲੈਨਿੰਗ ਜਿਹੜੀ ਬਾਈਬਲ 'ਚ ਹੈ ਮੇਰੇ ਭੈਣ ਭਰਾਓ, ਫਿਲਪੀਆਂ 4:17। ਸੁਣੋ ਕੀ ਕਹਿੰਦਾ ਸੰਤ ਪੌਲਸ, ਆਂਦਾ ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ। ਸਾਰੇ ਬੋਲੋ, ਸਾਰੇ ਬੋਲੋ, ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ। ਸਾਰੀ ਕਲੀਸੀਆ ਬੋਲੋ। ਪੌਲਸ ਕੀ ਕਹਿੰਦਾ? ਸੰਤ ਪੌਲਸ ਫਿਲਪੀਆਂ ਨੂੰ,
ਆਂਦਾ ਇਹ ਨਹੀਂ ਜੋ ਮੈਂ ਦਾਨ ਚਾਹੁੰਦਾ ਹਾਂ ਪਰ ਮੈਂ ਉਹ ਫਲ ਚਾਹੁੰਦਾ ਹਾਂ ਜੋ ਤੁਹਾਡੇ ਲੈ ਕੇ ਵਾਧਾ ਕੀ ਹੈ। ਹਾਂਜੀ ਤੂੰ ਕਿੰਨੇ ਲੋਕਾਂ ਨੂੰ ਸਮਝ ਆਈ ਆ? ਤੂੰ ਕਹਿਣ ਦਾ ਮਤਲਬ ਜਿਹੜਾ ਤੁਸੀਂ ਦਾਨ ਦਿੰਦੇ ਜੇ ਉਹ ਪ੍ਰਭੂ ਵਧਾਈ ਕੀ ਕਰਦਾ ਅਤੇ ਜਿਹੜਾ ਦੇਣ ਨਹੀਂ ਤਾਂ ਉਹ ਵਧੇਗਾ ਕੀ? ਹੁਣ ਵੀ ਨਹੀਂ ਸਮਝ ਲੱਗੀ? ਜੇ ਤੁਸੀਂ ਦਾਨ ਦਿੰਦੇ ਤਾਂ ਖੁਦਾ ਕਹਿੰਦਾ ਉਹ ਤੁਹਾਡਾ ਵਾਧਾ ਅਤੇ ਵਾਧਾ ਹੀ ਕੀ ਹੈ ਅਤੇ ਜਿਹਨੇ ਦਿੱਤਾ ਨਹੀਂ ਵਧੇਗਾ ਕੀ? ਹੁਣ ਮੰਨ ਲਓ ਇੱਕ ਕਿਸਾਨ ਆ ਜੋ ਜ਼ਮੀਨ ਵਿੱਚ ਦਾਣਾ ਨਹੀਂ ਲਾਏਗਾ ਆਪਣੀ ਪੈਲੀ ਦੇ ਵਿੱਚ ਤੋ ਕਿਸ ਤਰ੍ਹਾਂ ਭਰੀਆਂ ਚੱਕ ਕੇ ਆਏਗਾ? ਕਿਆ ਆਏਗਾ? ਉਹ ਸਾਡੀ ਬੀਬੀ ਬੇਟੀ ਵਿੱਚ ਵੀ ਕਿਸਾਨ ਬਣਦੇ ਗੇਲੇ ਇਹ ਵੀ ਕਦੀ ਟਮਾਟਰ ਮਟਰ ਲਾਉਂਦੇ ਹੁੰਦੇ ਆ ਜਾਂ ਕੋਈ ਇਹਨਾਂ ਨੇ ਲਾਉਣੀ ਖੇਤੀ ਕਿਉਂ ਬੀਬੀ ਪਹਿਲੇ ਆਪਣੇ ਕੋਲ ਲਾਉਣਾ ਪੈਂਦਾ ਨਾ ਕਿ ਆਪਣੇ ਆਪ ਹੀ ਫਸਲ ਉੱਗ ਜਾਂਦੀ ਆ। ਸਾਰੇ ਬੋਲੋ ਤੂੰ ਇੱਥੇ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰ ਰਿਹਾ। ਸੰਤ ਪੌਲਸ ਕੀ ਕਹਿੰਦਾ? ਕੀ ਕਹਿੰਦਾ? ਆਂਦਾ ਮੈਂ ਦਾਨ ਨਹੀਂ ਚਾਹੁੰਦਾ ਪਰ ਉਹ ਫਲ ਚਾਹੁੰਦਾ ਵਾ ਜਿਹੜਾ ਤੁਹਾਡੇ ਲੈ ਕੇ ਵਾਧਾ ਕੀ ਹੈ। ਇਹਦਾ ਮਤਲਬ ਜਿਹੜਾ ਆਪਾਂ ਦਾਨ ਦਿੰਦੇ ਹਾਂ ਜਿਹੜੀ ਆਪਾਂ ਚਰਚ ਨੂੰ ਸਪੋਰਟ ਕਰਦੇ ਹਾਂ ਤਾਂ ਸਾਡਾ ਕੀ ਕਰਦਾ? ਮਲਟੀਪਲਾਈ। ਸਭ ਬੋਲੋ ਮਲਟੀਪਲਾਈ। ਮਲਟੀਪਲਾਈ ਦਾ ਮਤਲਬ ਉਹਨੂੰ ਕੀ ਕਰਨਾ? ਵਧਾਉਣਾ। ਤਾਂ ਫਿਰ ਜੇ ਸਾਨੂੰ ਪਤਾ ਦੇਣ ਦੇ ਨਾਲ ਵਾਧਾ ਤਾਂ ਫਿਰ ਆਪਾਂ ਸ਼ੈਤਾਨ ਦੀ ਗੱਲ ਕਿਉਂ ਮੰਨ ਰਹੇ ਹਾਂ? ਹੁਣ ਮੰਨ ਲਓ ਇੱਕ ਕਿਸਾਨ ਆ ਉਹਨੇ ਪੈਲੀ ਵਿੱਚ ਉਹਦੀ ਪੈਲੀ ਵਿੱਚ 100 ਬੋਰੀ ਨਿਕਲੀ ਆ। ਸਾਰਿਆਂ ਧਿਆਨ ਦੇ ਕੇ ਸੁਣਨਾ, ਉਹਦੀ ਪੈਲੀ ਵਿੱਚ 100 ਬੋਰੀ ਨਿਕਲੀ ਆ ਅਨਾਜ ਦੀ। ਅਤੇ ਮੰਨ ਲਓ ਉਹਨੇ 90 ਬੋਰੀਆਂ ਆਪਣੀਆਂ ਰੱਖ ਲਈਆਂ ਅਤੇ 10 ਬੋਰੀਆਂ ਚਰਚ ਦੀਆਂ ਅਲੱਗ ਰੱਖਤੀਆਂ। ਸੁਣੋ ਧਿਆਨ ਨਾਲ। ਹੁਣ ਉਸ ਬੰਦੇ ਨੇ ਕੀ ਕੀਤਾ? ਉਹਨੇ 90 ਬੋਰੀਆਂ ਆਪਣੀਆਂ ਵੀ ਭਿਆ ਕੇ ਆਟਾ ਖਾ ਲਿਆ ਅਤੇ ਜਿਹੜਾ ਟਾਈ ਅਤੇ 10ਵਾਂ ਹਿੱਸਾ ਸੀ ਉਹ ਵੀ ਕੀ ਕਰ ਲਿਆ? ਖਾ ਲਿਆ। ਹੁਣ ਮੈਨੂੰ ਇਹ ਦੱਸੋ, ਹੁਣ ਉਹਨੇ ਬੀਜ ਵੀ ਖਾ ਲਿਆ ਆਪਣੇ ਵੀ 90 ਖਾ ਲਏ, ਤਾਂ ਹੁਣ ਮੈਨੂੰ ਇਹ ਦੱਸੋ ਪੈਲੀ 'ਚ ਪਾਵੇਗਾ ਕੀ ਅਤੇ ਪੈਲੀ ਚੁੱਕੇਗਾ ਕੀ? ਇਹ ਦੱਸੋ ਤੁਸੀਂ ਕਲੀਸੀਆ। ਹੁਣ ਕਿੰਨੇ ਭੈਣ ਭਰਾ ਕਹਿੰਦੇ ਹਨ, ਕੇਲੇ ਕਹਿਣਗੇ ਸਾਨੂੰ ਤੰਗੀ ਆ ਗਈ, ਅਸੀਂ ਦਾਨ ਵੀ ਵਰਤ ਲਿਆ। ਮੈਂ ਕਿਹਾ ਹੁਣ ਪੂਰੀ ਜ਼ਿੰਦਗੀ ਰੋਣਾ ਪੈਣਾ ਤੈਨੂੰ? ਪੂਰੀ ਜ਼ਿੰਦਗੀ ਤਾਂ ਨਹੀਂ ਰਵਾਏਗਾ, 2-4 ਮਹੀਨੇ ਤਾਂ ਪੁੱਤ ਤੈਨੂੰ ਚੰਗਾ ਦੱਸੇਗਾ ਪਤਾ ਫਿਰ ਵਰਤਿਆ ਕਿ ਹੋਈ ਹੈ। ਤੁਸੀਂ ਚਰਚ ਦਾ ਕਿੱਦਾਂ ਵਰਤ ਸਕਦੇ? ਸੁਣੋ ਕਿੱਦਾਂ ਵਰਤਣਾ, ਮੇਰੀ ਧਿਆਨ ਨਾਲ ਸੁਣੋ। ਜੇ ਤੁਹਾਨੂੰ ਲੋੜ ਪੈ ਗਈ ਨਾ ਉਹ 'ਚ, ਮੰਨ ਲਓ ਤੁਸੀਂ 10,000-20,000 ਵਰਤ ਲਿਆ, ਉਹ 'ਚ 22,000 ਤੋਂ ਘੱਟ ਨਹੀਂ ਰੱਖਣਾ ਹੈ। ਤੁਸੀਂ ਅਰਮਾਨ ਨਾਲ ਵਰਤ ਲਿਆ, ਹਾਂਜੀ ਵਰਤ ਲਿਆ ਜੀ, ਹੁਣ ਹੁਣ ਤਾਂ ਰੋਟੀ ਜੋਗੇ ਵੀ ਨਹੀਂ ਪਏ ਹੈਗੇ, ਹੁਣ ਆਟਾ ਵੀ ਖਤਮ ਹੋ ਗਿਆ, ਪਿਆ ਵੀ ਖਤਮ ਹੋ ਗਿਆ, ਪਰ ਮੈਨੂੰ ਕਹਿਣਾ ਮੇਰਾ ਕਿਉਂ ਵਰਤਿਆ ਜੀ? ਕਿੰਨੇ ਲੋਕ ਸੁਣਦੇ? ਜਦੋਂ ਤੁਸੀਂ ਪ੍ਰਭੂ ਦਾ ਵਚਨ ਮੈਥੀ ਉਹਦਾ 6 ਪੜ੍ਹਦੇ ਜੇ, ਉਹਦੇ ਵਿੱਚ ਕੀ ਲਿਖਿਆ, ਕਿੰਨੇ ਲੋਕਾਂ ਨੇ ਸੁਣਿਆ? ਜੇ ਤੁਸੀਂ ਆਪਣੇ ਪ੍ਰਭੂ ਦਾ ਵੀ ਮੰਨ ਲਓ, ਤੁਸੀਂ ਮੰਨ ਲਓ ਉਹਦੇ ਵਿੱਚ 10,000 ਵਰਤਿਆ ਨਾ, ਤਾਂ ਤੁਹਾਨੂੰ 12,000 ਉਹਦੇ ਵਿੱਚ ਵਧਾ ਕੇ ਪਾਉਣ ਦੀ ਕੀ ਹੈ? ਅਤੇ ਜੇ ਤੁਸੀਂ ਕੋਈ ਦਾ ਕੱਢ ਲਿਆ, ਹੁਣ ਕੋਈ ਨਹੀਂ ਪਾਸਟਰ ਨੂੰ ਕਿਹੜਾ ਪਤਾ ਗੱਲਾਂ ਤਾਂ ਮੈਂ ਲਾਇਆ ਮੈਂ ਖਾ ਲਿਆ ਵਰਤ ਲਿਆ, ਅਤੇ ਪਾਸਟਰ ਨੂੰ ਤਾਂ ਪਤਾ ਨਹੀਂ, ਪਰ ਪ੍ਰਭੂ ਨੂੰ ਕੀ ਹੈ? ਬਾਈਬਲ 'ਚ ਲਿਖਿਆ ਪ੍ਰਭੂ ਦੀਆਂ ਅੱਖਾਂ ਧਰਮੀਆਂ ਉੱਤੇ ਹਰ ਵਕਤ ਲੱਗੀਆਂ ਕੀ ਹੈ? ਤਾਂ ਆਪਾਂ ਸੋਚਦੇ ਸ਼ਾਇਦ ਰੱਬ ਵੇਖਦਾ ਹੀ ਨਹੀਂ ਹੈ। ਖੁਦਾ ਦੇ ਵਿੱਚ ਲਿਖਿਆ ਜਬੂਰ 94 ਆਉਂਦਾ, ਜਿਹਨੇ ਕੰਨ ਲਾਏ ਭਲਾ ਨਹੀਂ ਵੇਖੇਗਾ, ਜਿਹਨੇ ਅੱਖਾਂ ਲਾਈਆਂ ਉਹ ਨਹੀਂ ਵੇਖੇਗਾ, ਜਿਹਨੇ ਕੰਨ ਲਾਏ ਉਹ ਨਹੀਂ ਸੁਣੇਗਾ। ਖੁਦਾ ਹਮੇਸ਼ਾ ਤੁਹਾਨੂੰ ਸੁਣਦਾ। ਬਾਈਬਲ 'ਚ ਸੁਲੇਮਾਨ ਦੀ ਕਹਾਵਤ ਲਿਖਿਆ ਪਤਾਲ ਵਿਨਾਸ਼ ਅਤੇ ਲੋਕ ਪ੍ਰਭੂ ਦੇ ਅੱਗੇ ਨੰਗੇ ਕੀ ਹੈ? ਸਾਰੇ ਬੋਲੋ ਪਤਾਲ ਵਿਨਾਸ਼, ਸਾਰੇ ਪ੍ਰਭੂ ਦੇ ਅੱਗੇ ਨੰਗੇ ਕੀ ਆ? ਨੰਗੇ ਪਏ ਨਾ ਤਾਂ ਫਿਰ ਆਪਾਂ ਬਚ ਨਹੀਂ ਸਕਦੇ। ਅਤੇ ਕਿੰਨੇ ਲੋਕਾਂ ਨੇ ਇਹਦੀ ਸਮਝ ਲੱਗੀ? ਪਹਿਲਾਂ ਮੈਨੂੰ ਕਲੀਅਰ ਕਰਾਂਗਾ ਕਿ ਜੇ ਆਪਾਂ 100 ਬੋਰੀ ਇਕੱਲੇ ਖਾ ਗਏ ਹਾਂ ਤਾਂ ਪ੍ਰਭੂ ਦੇ ਘਰ 'ਚ ਕੀ ਪਾਵਾਂਗੇ ਅਤੇ ਕੀ ਉੱਗੇਗਾ, ਤੁਸੀਂ ਦੱਸੋ। ਹਾਂਜੀ ਬੋਲੋ ਬੋਲੋ ਅੱਗੋ। ਹਾਂਜੀ ਕਲੀਸੀਆ ਦੱਸੋ ਕੀ ਉੱਗੇਗਾ? ਹਾਂਜੀ ਸਾਜਨ ਕਹਿੰਦਾ ਕੁਝ ਨਹੀਂ ਉੱਗੇਗਾ, ਹੁਣ ਹੋਰ ਕਿਹਦੇ ਨਾਲ ਸਹਿਮਤ ਹੈਗਾ? ਉੱਗੇਗਾ ਸਾਜਨ?
ਹਾਂਜੀ ਹੋਰ ਕੋਈ ਨਹੀਂ ਨਾ ਅੰਗਣਾ ਤਾਂ ਫਿਰ ਇਹੀ ਤਾਂ ਦੱਸਣਾ ਚਾਹੁੰਦਾ ਮੇਰੇ 'ਤੇ ਨਹੀਂ ਯਕੀਨ ਕਰਨਾ ਨਾ ਕਰੋ ਇਹਦੇ 'ਤੇ ਖੁਦਾ ਦੇ ਵਚਨ 'ਤੇ ਕਰੋ ਹੁਣ ਪਲੂਸ ਨੇ ਕੀ ਬੋਲਿਆ ਫਿਲਪੀਆਂ 4:17 ਕਹਿੰਦਾ ਮੈਂ ਦਾਨ ਨਹੀਂ ਚਾਹੁੰਦਾ ਕੀ ਕਹਿੰਦਾ ਆਂਦਾ ਮੈਂ ਦਾਨ ਨਹੀਂ ਚਾਹੁੰਦਾ ਆਂਦਾ ਪਰ ਤੁਹਾਡੇ ਲੇਖੇ ਕੀ ਚਾਹੁੰਦਾ ਉਹ ਫਲ ਚਾਹੁੰਦਾ ਜਿਹੜਾ ਵਾਧਾ ਕੀ ਹੈ ਇਹਦਾ ਮਤਲਬ ਜਦੋਂ ਆਪਾਂ ਬੋਨੇ ਹਾਂ ਤਾਂ ਉਹ ਕੀ ਕਰਦਾ ਖੁਦਾ ਨੂੰ ਵਧਾ ਕੇ ਕੀ ਕਰਦਾ ਸਿਲੇਮਾਨ ਬੁੱਧੂ ਆ ਕੇ ਬੁੱਧੀਮਾਨ ਆ ਸਿਲੇਮਾਨ ਨੂੰ ਬੁੱਧੂ ਕਿੰਨੇ ਕਹਿੰਦੇ ਅਤੇ ਬੁੱਧੀਮਾਨ ਕਿੰਨੇ ਕਹਿੰਦੇ ਆ ਚਲੋ ਪਹਿਲੇ ਬੁੱਧੂ ਦੱਸੋ ਜਿਹੜੇ ਬੁੱਧੂ ਕਹਿੰਦੇ ਸਿਲੇਮਾਨ ਬੁੱਧੂ ਆ ਜਿਹੜੇ ਨਹੀਂ ਦਿੰਦੇ ਉਹ ਬੁੱਧੂ ਉਹ ਖੜਾ ਹੱਥ ਕਰ ਦਿਓ ਮਤਲਬ ਉਹ ਬੁੱਧੂ ਸਮਝਦੇ ਨੂੰ ਹਾਂਜੀ ਸਿਲੇਮਾਨ ਜਿਹੜਾ ਰਾਜਾ ਸੀ ਉਹ ਬੁੱਧੀਮਾਨ ਹੀ ਕਿ ਬੁੱਧੂ ਹੀ ਹਾਂ ਤੁਸੀਂ ਕਿਹੜੇ ਹਿਸਾਬ ਨਾਲ ਕੀ ਜਾ ਰਹੇ ਬੁੱਧੀਮਾਨ ਸਿਲੇਮਾਨ ਨੂੰ ਜਦੋਂ ਪ੍ਰਭੂ ਨੇ ਆਈਡੀਆ ਦਿੱਤਾ ਆਈਡੀਆ ਸਿਲੇਮਾਨ ਨੂੰ ਨਹੀਂ ਸੀ ਦਿੱਤਾ ਆਈਡੀਆ ਕਿਹਨੂੰ ਦਿੱਤਾ ਦਾਊਦ ਨੂੰ ਪਰ ਪ੍ਰਭੂ ਨੇ ਬੋਲਿਆ ਕਿ ਦਾਊਦ ਤੂੰ ਮੇਰਾ ਘਰ ਨਹੀਂ ਬਣਾ ਸਕੇਗਾ ਕਿਉਂਕਿ ਤੂੰ ਬਹੁਤ ਸਾਰੇ ਮਰਡਰ ਕੀਤੇ ਤੂੰ ਬਹੁਤ ਸਾਰੇ ਤੇਰੇ ਹੱਥੋਂ ਕਤਲ ਹੋਏ ਆ ਹੁਣ ਤੇਰਾ ਬੇਟਾ ਮੇਰੀ ਹੈਕਲ ਨੂੰ ਕੀ ਕਰੇਗਾ ਤਾਂ ਮੈਂ ਦੱਸਣਾ ਚਾਹੁੰਦਾ ਕਿ ਪਹਿਲੇ ਹੈਕਲ ਬਣਾਈ ਕਿ ਜਾਂ ਪਹਿਲੇ ਮਹਿਲ ਬਣਿਆ ਹਾਂਜੀ ਕੀ ਬਣਾਉਣਾ ਪਹਿਲੇ ਕਿੰਨੇ ਹੱਥ ਜਗ੍ਹਾ ਦਿੱਤੀ ਉਹਨੇ ਹੈਕਲ ਨੂੰ ਉਹਨੇ ਜਗ੍ਹਾ ਕਿੰਨੇ ਹੱਥ ਦਿੱਤੀ ਹੈਕਲ ਨੂੰ ਜਿਹਨੂੰ ਪਤਾ ਆਪਣਾ ਹੱਥ ਖੜਾ ਕਰੇ ਸਿਰਫ ਹੱਥ ਖੜਾ ਕਰਨਾ ਬੋਲਣਾ ਨਹੀਂ ਇੱਥੇ ਸਿਖਾਉਣ ਦੀ ਕਮੀ ਨਹੀਂ ਆ ਆਸ਼ੀਸ਼ ਦੀ ਕਮੀ ਨਹੀਂ ਆ ਬਸ ਭੈਣ ਭਰਾ ਇੱਥੋਂ ਹੁਣੇ 5 ਮਿੰਟ ਉਹ ਵੀ ਨਹੀਂ ਇਹਨਾਂ ਨੂੰ ਯਾਦ ਰਹਿਣਾ ਘਰ ਜਾਂਦਾ ਹਾਏ ਕਮੇਟੀ ਦਾਰ ਨਾਲ ਹੀ ਹਾਏ ਆਉਣ ਹਾਏ ਹਾਏ ਕਰਕੇ ਨਾ ਚਰਚ ਤਾਂ ਸਾਰਾ ਕੁਝ ਭੁੱਲ ਜਾਏ ਫਿਰ ਜਿੰਨੀ ਮਰਜ਼ੀ ਝਿੜਕਾਂ ਕਾਲੀਏ ਕੰਮ ਫਿਰ ਹੋ ਗਈ ਚਲੋ ਦੱਸੋ ਇੱਧਰਲੀ ਸਾਈਡ ਵੱਲੋਂ ਦੱਸੋ ਆਹ ਵਾਲੇ ਪਿੱਛੇ ਸਿਲੇਮਾਨ ਨੇ ਹੈਕਲ ਬਣਾਈ ਤੋ ਕਿੰਨੇ ਹੱਥ ਹੈਕਲ ਸੀ ਸਾਜਨ ਤੂੰ ਦੱਸ ਤੇਰਾ ਵੀ ਦੀਵਾ ਬੁੱਝ ਗਿਆ ਵਾ ਹੋਰ ਕੋਈ ਤੂੰ ਵੀ ਬਹੁਤ ਛੁੱਟੀਆਂ ਮਾਰਦਾ ਯਾਰ ਇੰਨੀ ਛੁੱਟੀ ਮਾਰਦਾ ਤੇਰੀਆਂ ਹਾਜ਼ਰੀਆਂ ਜੇ ਕੱਢੀਆਂ ਤਾਂ ਬਹੁਤ ਥੋੜੀਆਂ ਨਿਕਲੀਆਂ ਚਰਚ ਦੇ ਵਿੱਚੋਂ ਹਾਂਜੀ ਹੋਰ ਕੋਈ ਆਹ ਭੈਣ ਰੋਟੀ ਵਾਲੀ ਆਈ ਆ ਬਿਮਲਾ ਹਾਂ ਬਿਮਲਾ ਭੈਣ ਤੂੰ ਦੱਸ ਉਹ ਕਿੱਥੇ ਭੈਣ ਦੂਜੀ ਹੋ ਆਪਣੀ ਉਹ ਹਾਂ ਹਾਂ ਉਹ ਭੈਣ ਦਾ ਕੀ ਨਾਮ ਆ ਨਹੀਂ ਨੇਹਾ ਨਹੀਂ ਉਹ ਕੀ ਸਿਸਟਰ ਦਾ ਮਨਜੀਤ ਹਾਂਜੀ ਭੈਣ ਜੀ ਡੈਡੀ ਨੇ ਇੱਕ ਵਾਰ ਗੱਲ ਦੱਸੀ ਕਿੰਨੇ ਲੋਕ ਜਾਣਦੇ ਆ ਬੀਰਬਲ ਦੇ ਬਾਰੇ ਬੀਰਬਲ ਜਹਾਂਗੀਰ ਜਿਹੜਾ ਨੇ ਬੰਦਾ ਰੱਖਿਆ ਸੀ ਉਹਦੀ ਸਭ ਤੋਂ ਜ਼ਿਆਦਾ ਵੱਧ ਸੈਲਰੀ ਸੀ ਉਹਨੂੰ ਰਾਜਾ ਜਿਹੜਾ ਸਭ ਤੋਂ ਜ਼ਿਆਦਾ ਪੈਸਾ ਦਿੰਦਾ ਤੇ ਦੂਜੇ ਜਲਦੀ ਲੈ ਅਸੀਂ ਵੀ ਤਾਂ ਰਾਜੇ ਦੀ ਡਿਊਟੀ ਕਰਦੇ ਹਾਂ ਇਹਨੂੰ ਰਾਜਾ ਕੋਲ ਜ਼ਿਆਦਾ ਦਿੰਦਾ ਉਹਨੂੰ ਰਾਜਾ ਕੋਲ ਜ਼ਿਆਦਾ ਦਿੰਦਾ ਸੁਣੋ ਉਹਨੇ ਬੰਦੇ ਨੂੰ ਭੇਜਿਆ ਪਹਿਲੇ ਬੰਦੇ ਨੂੰ ਭੇਜਿਆ ਆਂਦਾ ਜਾ ਫਲਾਣੇ ਬੰਦੇ ਕੋਲ ਜਾਣਾ ਜੇ ਸੁਣੋ ਧਿਆਨ ਨਾਲ ਮੈਂ ਤੈਨੂੰ ਦੱਸਣ ਲੱਗਾ ਕਿ ਉਸ ਬੰਦੇ ਦੀ ਕੀਮਤ ਕਿਉਂ ਵੱਧ ਹੁੰਦੀ ਆ ਬੰਦਾ ਗਿਆ ਸਾਜਨ ਗਿਆ ਮੰਨ ਲਓ ਇਹਨੂੰ ਭੇਜਿਆ ਜਾ ਫਲਾਣੇ ਥਾਂ 'ਤੇ ਜਾ ਦੁਕਾਨ 'ਤੇ ਉਹਨੂੰ ਪੁੱਛ ਗਿਆ ਚਣੇ ਕਿੱਦਾਂ ਵਾ ਇਹ ਗਿਆ ਹਾਂ ਚਣੇ ਕਿੱਦਾਂ ਵਾ ਇਹਨਾਂ ਨੂੰ ਅੱਛਾ ਲੱਗਿਆ ਕਿ ਵਾਪਸ ਆ ਗਿਆ ਠੀਕ ਆ ਦੂਜੇ ਨੂੰ ਘੱਲਿਆ ਉਹ ਵੀ ਪੁੱਛ ਕੇ ਬਣਾ ਵਾਪਸ ਆ ਗਿਆ ਉਹਨੂੰ ਕਲਾ ਫਲਾਣੇ ਨੇ ਗਿਆ ਢੀਂਗਣੇ ਨੇ ਗਿਆ ਫਿਰ ਬੀਰਬਲ ਨੂੰ ਘੱਲਿਆ ਉਹਨੇ ਕਿਹਾ ਜਾ ਹੁਣ ਤੂੰ ਜਾ ਜਦੋਂ ਉਹ ਬੰਦਾ ਗਿਆ ਉਹਨੇ ਕੀ ਪੁੱਛਿਆ ਆਂਦਾ ਕਿੱਥੋਂ ਆਏ ਆ ਕਿਹੜੀ ਜਗ੍ਹਾ ਤੋਂ ਲੈਂਦੇ ਆ ਕਿਸ ਭਾਅ ਨਾਲ ਲੈਂਦੇ ਆ ਇਹ ਗਾੜੀ ਕਿੱਦਾਂ ਦੇਣੇ ਆ ਪੂਰੀ ਸਟੋਰੀ ਰਾਜੇ ਕੋਲ ਲੈ ਕੇ ਆਇਆ ਹਾਂਜੀ ਜਦੋਂ ਉਹਨੇ ਪੂਰੀ ਸਟੋਰੀ ਸੁਣਾਈ ਨਾ ਤਾਂ ਉਹਨੇ ਕਿਆ ਕਿਹਾ ਆਂਦਾ ਇਸ ਕਰਕੇ ਇਹਨੂੰ ਮੈਂ ਪੈਸੇ ਵੱਧ ਦੇਣਾ ਕਿਉਂਕਿ ਸਾਰੀ ਪੂਰੀ ਗੱਲ ਦੀ ਖਬਰ ਲੈ ਕੇ ਗਈ ਸਾਡੇ ਬੰਦੇ ਨੇ ਇਹ ਨਹੀਂ ਪਤਾ ਕੀ ਹੈ ਅਤੇ ਕੀ ਨਹੀਂ ਹੈ
ਇੱਥੇ ਜਦੋਂ ਗਵਾਹੀ ਹੁੰਦੀ ਕਿ ਉਹ ਮੈਂ ਵਿੱਚ ਬੋਲਦਾ, ਮੈਨੂੰ ਬੋਲਣ ਦੀ ਲੋੜ ਹੀ ਨਹੀਂ ਆ। ਐਡੀਆਂ ਐਡੀਆਂ ਟੌਪ ਕਲਾਸ ਗਵਾਹੀਆਂ ਹੁੰਦੀਆਂ ਕਿ ਜਿਹੜੀਆਂ ਰੌਂਦ 'ਤੇ ਖੜ੍ਹੇ ਕਰ ਦਿੰਦੀਆਂ, ਉਹਨਾਂ ਵਿੱਚ ਥੋੜ੍ਹਾ ਜਿਹਾ ਸਾਨੂੰ ਫਿਰ ਬੋਲਣਾ ਪੈਂਦਾ। ਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿੰਨਾ ਚਿਰ ਤੁਹਾਨੂੰ ਇਹ ਨਹੀਂ ਨਾ ਪਤਾ, ਤੁਸੀਂ ਕੁਛ ਨਹੀਂ ਕਰ ਸਕਦੇ। ਹੁਣ ਕਿੰਨੇ ਹੱਥ ਹੈਗਲ ਤੋਂ ਕਿੰਨੇ ਹੱਥ ਮਹਿਲ ਸੀ, ਮੈਂ ਡੈਰੀ 'ਤੇ ਨੋਟ ਕਰ ਲਿਆ ਵਾ। ਹੁਣ ਤੁਸੀਂ ਦੱਸੋ, ਮੇਰਾ ਨੋਟ ਆ, ਮੈਂ ਨੋਟ ਕਰ ਲਿਆ। ਇੱਕ ਮਾਮੂਲੀ ਜਿਹਾ ਸਵਾਲ ਨਹੀਂ, ਕਿੱਥੇ ਚੱਲ ਗਈ ਕਲੀਸੀਆ, ਕਿੱਥੇ ਕਿੱਥੇ ਚੱਲ ਗਈ ਜੀ, ਗਵਾਚ ਗਈ ਜੇ ਲੱਗਦੀ ਸੀ। ਹਾਂਜੀ ਅੱਗੇ ਚੱਲਾਂਗੇ, ਕਿੱਥੇ ਅੜ ਜਾਂਗੇ ਅੱਜ? ਮੈਨੂੰ ਲੱਗਦਾ ਜੇ ਇੱਥੇ ਤਿੰਨ ਵੱਜ ਲਈ, ਪੌਣੇ ਤਿੰਨ ਹੋ ਗਏ ਆ, ਇੱਕੇ ਗੱਲ 'ਤੇ ਅੜ ਗਏ ਆਪਾਂ। ਹਾਂਜੀ ਕੋਈ ਹੋਰ ਇੱਧਰੋਂ ਦੱਸੋ, ਪਿਛਲੀ ਸਾਈਡ 'ਤੇ ਆ ਤਾਂ ਕਿ ਸਪੀਕਰ, ਪਤਾ ਨਹੀਂ ਕੌਣ ਕੌਣ ਪਰੇ ਹੈਗਾ, ਕਿਹੜਾ ਆਇਆ ਕਿ ਨਹੀਂ ਆਇਆ, ਸਾਨੂੰ ਨਹੀਂ ਪਤਾ। ਹਾਂਜੀ ਮੈਂ ਕਹਿਣ ਡਿਆ ਕਿ ਸੁਲੇਮਾਨ ਨੇ ਕਿੰਨੇ ਹੱਥ ਜਗ੍ਹਾ ਦਿੱਤੀ ਪ੍ਰਭੂ ਨੂੰ, ਹੈ ਇਹ ਮਤਲਬ ਕਿੱਦਾਂ ਬੋਲ ਰਹੇ ਕਿ ਡਰ ਜੇ ਕੇ ਬੋਲੇ, ਡਰ ਜੇ ਕੇ ਬੋਲੇ। 60 ਹੱਥ ਹੀ ਦਿੱਤੀ ਆ, ਅਤੇ ਪ੍ਰਭੂ ਨੇ ਕਿੰਨੀ ਦਿੱਤੀ ਆ, 100, ਅਤੇ ਇਹਦਾ ਮਤਲਬ ਪ੍ਰਭੂ ਨੂੰ ਭੁਲੇਖਾ ਲੱਗ ਗਿਆ। ਅਤੇ ਜਿਹੜਾ ਤੁਹਾਡੇ ਕੋਲ 1000 ਲੈਂਦਾ ਤਾਂ ਤੁਹਾਨੂੰ ਕਿਉਂ ਨਾ 2000, 4000, 10000 ਦੇਵੇਗਾ ਨਾ ਲੈ ਕੇ। ਬਚਨ 'ਤੇ ਚੱਲੋ ਮੇਰੇ ਵੱਲ ਨਾ ਵੇਖੋ, ਮੈਂ ਤੁਹਾਨੂੰ ਇੱਕ ਹੀ ਗੱਲ ਬੋਲਦਾ ਕਿ ਮੈਂ ਹਰ ਗੱਲ ਨੂੰ ਬਾਈਬਲ 'ਚੋਂ ਕੱਢਦਾ, ਤਾਂ ਮੈਂ ਫਿਰ ਐਂ ਸੁੱਟ ਦੇਣਾ ਹੈ। ਹੁਣ ਮੈਂ ਕਿਉਂ ਵੱਧਦੇ ਹੀ ਜਾਂਦਾ ਚਰਚ 'ਚ, ਇਹਦੇ ਪਿੱਛੇ ਬੜਾ ਵੱਡਾ ਕਾਰਨ ਆ, ਉਹ ਤੁਹਾਨੂੰ 2-4 ਸਾਲ ਬਾਅਦ ਪਤਾ ਲੱਗੇਗਾ। ਮੰਮੀ ਵੇਚਿਆ ਨਾ, ਮੇਰਾ ਵੀ ਕੀ ਹੋਣਾ ਵਾ, ਇਹ ਵੀ ਉੱਗ ਕੇ ਆਉਣਾ ਵਾਪਸ, ਕਿਉਂਕਿ ਮੈਂ ਭੈਣ ਭਰਾ ਵੱਲ ਵੇਖ ਕੇ ਨਹੀਂ ਦਿੰਦਾ, ਮੈਂ ਜੋ ਵੀ ਦਿੰਦਾ ਆਪਣੇ ਪ੍ਰਭੂ ਦੇ ਵਚਨ ਦੇ ਵੱਲ ਵੇਖ ਕੇ ਦਿੰਦਾ। ਸੰਤ ਪੌਲਸ ਕੀ ਕਹਿੰਦਾ ਵਾ, 2 ਕੋਰਿੰਥੀਓ 9:6, ਆਂਦਾ ਪਰ ਗੱਲ ਕਾਹਦੀ, ਜਿਹੜਾ ਘੱਟ ਬੀਜਦਾ ਘੱਟ ਵੱਢੇਗਾ, ਪਰ ਜਿਹੜਾ ਖੁੱਲ੍ਹੇ ਦਿਲ ਬੀਜਦਾ ਉਹ ਖੁੱਲ੍ਹੇ ਦਿਲ ਹੀ ਕੀ ਕਰੇਗਾ, ਮਾਰੋ ਆਪਣੇ ਲਈ। ਹਾਂ ਤਾੜੀ ਵੀ ਢਿੱਲੀ ਹੋ ਗਈ ਆ, ਤਾੜੀ ਢਿੱਲੀ ਪੈ ਗਈ ਆ, ਕੱਸ ਕੇ ਮਾਰੋ ਤਾਲੀ, ਤਾੜੀ ਢਿੱਲੀ ਪੈ ਗਈ ਆ, ਤਾੜੀ ਢਿੱਲੀ ਪੈਣੀ ਪੈਣੀ ਆ, ਤਾੜੀ ਢਿੱਲੀ ਪੈ ਗਈ। ਕੀ ਕਹਿਣ ਡਿਆ ਸੰਤ ਪੌਲਸ, ਕੀ ਕਹਿੰਦਾ, ਕਹਿੰਦਾ ਗੱਲ ਪਰ ਗੱਲ ਕਾਹਦੀ, ਜਿਹੜਾ ਘੱਟ ਬੀਜਦਾ ਘੱਟ ਵੱਢੇਗਾ, ਅਤੇ ਜਿਹੜਾ ਖੁੱਲ੍ਹੇ ਦਿਲ ਬੀਜਦਾ ਖੁੱਲ੍ਹੇ ਦਿਲ ਵੱਢੇਗਾ। ਆਂਦਾ ਹਰੇਕ ਜਿਵੇਂ ਉਹਨੇ ਆਪਣੇ ਦਿਲ ਵਿੱਚ ਧਾਰਿਆ ਤਿਵੇਂ ਕਰੇ, ਰੰਜ ਅਥਵਾ ਲਚਾਰੀ ਨਾ ਨਹੀਂ, ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾ ਦੇਣ ਵਾਲੇ ਨੂੰ ਕੀ ਕਰਦਾ ਹੈ, ਖੁਸ਼ੀ ਨਾ ਦੇਣ ਵਾਲੇ ਨੂੰ ਪਿਆਰ ਕਰਦਾ ਨਾ। ਹੁਣ ਅੱਗੇ ਵੇਖੋ ਕੀ ਕਹਿੰਦਾ, ਜਦੋਂ ਇਹਦੀ ਮੈਂ ਪੜ੍ਹਾਂਗਾ, ਇਹਦੀ ਮੈਂ 32 ਐਤ ਪੜ੍ਹਾਂਗਾ, ਹਾਂ ਨਹੀਂ ਨਹੀਂ ਸੋਰੀ 12, ਆਂਦਾ ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਸੰਤਾਂ ਦੀਆਂ ਥੋੜ੍ਹਾ ਨੂੰ ਪੂਰਾ ਕਰਦਾ ਹੈ, ਸਗੋਂ ਪਰਮੇਸ਼ਵਰ ਦੇ ਬਹੁਤ ਧੰਨਵਾਦਾਂ ਦੇ ਰਾਹੀਂ ਵਾਧਾ ਵੀ ਕੀ ਮਲਟੀਪਲਾਈ ਹੁੰਦਾ, ਮਲਟੀਪਲਾਈ ਕਿ ਨਹੀਂ, ਕਿਉਂ ਭੈਣ ਕਿਰਨ, ਵਾਧਾ ਕਿ ਨਹੀਂ, ਤੋ ਕਲੀਸਿਆ ਨੂੰ ਵੀ ਕੀ ਹੋਣਾ ਚਾਹੀਦਾ ਫਿਰ, ਹੈ ਪਲੂਸ ਨੇ ਵੀ ਕਹਿਤਾ ਵਾਧਾ ਜਾਂਦਾ, ਜੇ ਹਵਾ ਪਰਮੇਸ਼ਵਰ ਨੇ 1:28 'ਚ ਕਹਿਤਾ ਵਾਧਾ ਜਾਂਦਾ, ਤੋ ਇੱਥੇ ਵੀ ਪਲੂਸ ਨੇ ਕੀ ਕਹਿਤਾ, 1 'ਤੇ ਕਹਿੰਦਾ ਕਿਉਂ ਜੋ ਇਸ ਸੇਵਕਾਈ ਦੇ ਪੁੰਨ, ਪੁੰਨ ਦਾ ਮਤਲਬ ਤਾਂ ਆਪਾਂ ਮੰਨ ਲਓ ਪਾਣੀ ਪਿਉਂਦੇ ਵੀ ਪੁੰਨ, ਆਪਾਂ ਆਪਣੇ ਚਰਚ ਨੂੰ ਸਪੋਰਟ ਕਰਦੇ, ਹੁਣ ਮੰਨ ਲਓ ਇੱਥੇ ਸਾਊਂਡ ਦੀ ਲੋੜ ਆ, ਸਕਰੀਨਾਂ ਦੀ ਲੋੜ ਆ, ਏਸੀ ਹੱਲ ਕਰਨ ਦੀ ਲੋੜ ਹੈ, ਕਿੰਨੀ ਕਿੰਨੀ ਗਰਮੀ 'ਚ ਸਾਡੇ ਭੈਣ ਭਰਾ ਰਹੇ ਆ, ਪਰ ਧਿਆਨ ਨਹੀਂ ਹੈਗਾ, ਹੁਣ ਅਸੀਂ ਚਾਹੁੰਦੇ ਕੂਲਰ ਲੱਗ। ਹੁਣ ਤੁਸੀਂ ਇੱਕ ਤੋਂ ਇੱਕ ਗੱਲ ਨੂੰ ਨੋਟੋ, ਮੰਨ ਲਓ ਮੈਂ ਚਰਚ ਦੀ ਜਗ੍ਹਾ ਲਈ ਆ, ਮੈਂ ਆਪਣੇ ਲਈ ਕਿ ਕਲੀਸੇ ਲਈ ਆ, ਬੋਲੋ ਪੈਦੇ ਤੁਸੀਂ ਲੈਣੇ ਕਿ ਮੈਂ ਲੈਣੇ, ਬੋਲੋ ਪੱਖੇ ਤੁਹਾਡੇ ਲਈ ਕਿ ਮੇਰੇ ਲਈ, ਸਾਊਂਡ ਤੁਹਾਡੇ ਲਈ ਕਿ ਮੇਰੇ ਲਈ,
ਜਿਹੜੀਆਂ ਗੱਡੀਆਂ ਲਈਆਂ ਤੁਹਾਡੇ ਕੋਲ ਜਾਣ ਲਈ ਜਾਂ ਸਮਾਨ ਲੈਣ ਲਈ ਤੁਹਾਡੇ ਲਈ ਕਿ ਮੇਰੇ ਲਈ? ਹਾਂਜੀ, ਤਾਂ ਫਿਰ ਕੀ? ਫਿਰ ਜੇ ਤੁਹਾਡੇ ਲਈ ਸਾਰਾ ਕੁਝ, ਤੁਸੀਂ ਕਿਉਂ ਫਿਰ ਇੱਦਾਂ ਕਰ ਰਹੇ? ਤੁਹਾਡੇ ਤੋਂ ਦੂਜੇ ਲੋਕ ਸਿੱਖਦੇ, ਤੁਸੀਂ ਗਰੀਬ ਨਹੀਂ ਜੇ, ਤੁਹਾਡੀ ਆਦਤਾਂ ਨੇ ਤੁਹਾਨੂੰ ਕੀ ਕੀਤਾ? ਮੈਂ ਤੁਹਾਨੂੰ ਕਈ ਵਾਰ ਬੋਲਿਆ ਕਿ ਜਦੋਂ ਕੋੜੀ ਨੇ ਪ੍ਰਭੂ ਨੂੰ ਕੋਲ ਆਣ ਕੇ ਆਖਿਆ, ਪਰਮੇਸ਼ੁਰ ਤੂੰ ਚਾਹਵੇ ਤਾਂ ਮੈਨੂੰ ਸ਼ੁੱਧ ਕਰ ਸਕਦਾ, ਪ੍ਰਭੂ ਨੇ ਕੀ ਆਖਿਆ ਕਿ ਮੈਂ ਚਾਹੁੰਦਾ ਤੂੰ ਕੀ ਹੋ ਜਾ? ਉਹਨੇ ਥੋੜ੍ਹੀ ਆਖਿਆ ਕਿ ਤੁਸੀਂ ਸ਼ੁੱਧ ਨਾ ਹੋ, ਉਹਨੇ ਥੋੜ੍ਹੀ ਆਖਿਆ ਤੁਸੀਂ ਗਰੀਬ ਰਹੋ, ਉਹਨੇ ਨਹੀਂ, ਉਹ ਨਹੀਂ ਚਾਹੁੰਦਾ, ਕਿਉਂਕਿ ਆਪਾਂ ਬਾਈਬਲ ਨਹੀਂ ਪੜ੍ਹਦੇ, ਅਤੇ ਜੇ ਬਾਈਬਲ ਨਹੀਂ ਪੜ੍ਹਦੇ ਤਾਂ ਪਾਸਟਰ ਨੂੰ ਵੀ ਨਹੀਂ ਪੁੱਛਣਾ ਚਾਹੁੰਦੇ ਕਿ ਪਾਸਟਰ ਜੀ ਕਿੱਥੇ ਆਹ ਚੀਜ਼ ਲਿਖੀ ਆ। ਹੁਣ ਕੀ ਕਹਿੰਦਾ? ਕਹਿੰਦਾ, ਕਿਉਂ ਜੋ ਇਸ ਸੇਵਕਾਈ ਦਾ ਪੁੰਨ ਨਾ ਕੇਵਲ ਸੰਤਾਂ ਦੀਆਂ ਥੋੜਾਂ ਨੂੰ ਪੂਰਾ ਕਰਦਾ, ਸਗੋਂ ਪਰਮੇਸ਼ਵਰ ਦੇ ਬਹੁਤੇ ਧੰਨਵਾਦਾਂ ਦੇ ਰਾਹੀਂ ਵਾਧਾ ਵੀ ਕੀ ਏ। ਫਿਰ ਤੁਹਾਡਾ ਵਾਧਾ ਕਿ ਨਹੀਂ? ਤੂੰ ਫਿਲਪੀਆਂ ਦੇ ਵਿੱਚ ਕੀ ਬੋਲਿਆ? ਕਹਿੰਦਾ, ਮੈਂ ਦਾਨ ਨਹੀਂ ਚਾਹੁੰਦਾ ਪਰ ਉਹ ਫਲ ਚਾਹੁੰਦਾ ਜਿਹੜਾ ਤੁਹਾਡੇ ਲਿਖੇ ਵਾਧਾ ਕੀ ਏ। ਤਾਂ ਕਿੰਨੇ ਵਧਾਉਣਾ ਚਾਹੁੰਦੇ ਫਿਰ ਇਹਨਾਂ ਬੱਚਨਾਂ ਦੇ ਦੁਆਰਾ ਵਧਾਉਣਾ ਚਾਹੁੰਦੇ? ਇਹ ਦੇਖੋ ਬੇਟੀ ਸਿਸਟਰ ਸਾਹਮਣੇ, ਇਹ ਭੈਣ ਦਾ ਰੱਜੀ ਰੋਜੀ, ਇਹਦਾ ਵਿਚਾਰੀ ਦਾ ਆਪਣਾ ਘਰ ਨਹੀਂ, ਕਿਰਾਏ ਦੇ ਰੈਂਟ 'ਤੇ ਰਹਿ ਰਹੀ ਹੈ, ਪਰ ਫਿਰ ਵੀ ਚਰਚ ਦੀ ਸੇਵਾ ਦੇ ਰਜਿਸਟਰ ਚੈੱਕ ਕਰ ਲਓ, ਹਰ ਕਿਸ਼ਤ ਨੰਬਰ 1 'ਤੇ ਇਹ ਮੇਰੀ ਭੈਣ ਦੀ ਆਉਂਦੀ ਹੈ। ਇਹਦੇ ਮਨ 'ਚ ਆਸ ਆ ਨਾ ਵੀ ਜੇ ਮੈਂ ਖੁਦਾ ਦੇ ਘਰ 'ਚ ਦੇਣ ਡਈ ਹਾਂ, ਇਹ ਵਚਨ ਨੂੰ ਪੂਰਾ ਕਰ ਰਹੀ, ਮੈਨੂੰ ਨਹੀਂ ਦੇ ਰਹੀ, ਇਹਨੇ ਵਚਨ ਨੂੰ ਫੋਲੋ ਕੀਤਾ ਕਿ ਜੋ ਮੇਰੇ ਖੁਦਾ ਦਾ ਵਰਡ ਕਹਿੰਦਾ ਕਿ ਜੇ ਮੈਂ ਅੱਜ ਦੇਵਾਂਗੀ ਤਾਂ ਕੱਲ੍ਹ ਖੁਦਾ ਦੁੱਗਣਾ ਕਰਕੇ ਮੈਨੂੰ ਵੀ ਕੀ ਕਰੇਗਾ, ਅਤੇ ਜਿਹਨੂੰ ਆਸ ਨਹੀਂ ਹੈਗੀ ਕਦੀ ਵੀ ਨਹੀਂ ਬੀਜੇਗੀ। ਸੌਦੇ ਵਿੱਚੋਂ ਸੌਦਾ ਕੱਢ ਕੇ ਵਿਚਾਰੀ ਦੇ ਕੇ ਜਾਂਦੀ ਆ, ਢਾਈ ਤੇ ਪੇ ਕਰਦੀ ਆ, ਪਹਿਲੇ ਬੁਟੀਕ ਦਾ ਕੰਮ ਕਰਦੀ, ਆਪਣਾ ਦਸ਼ਮੰਦ ਅਲੱਗ ਕੱਢ ਕੇ ਦਿੰਦੀ, ਕਿਉਂ ਨਾ ਇਹੋ ਜਿਹੇ ਲੋਕ ਵਧਣਗੇ? ਪਰਮੇਸ਼ਰ ਕਿਹਦਾ ਲੈ ਕੇ ਮੋੜਦਾ ਨਹੀਂ? ਦੱਸੋ ਮੈਨੂੰ, ਇਹ ਕੈਦ ਪਿਛਲੀ ਸਾਈਡ ਤੋਂ ਪੜੋਈ ਬਿਰਾਨੀ ਆ, ਉਹਦਾ 6:10। ਮੇਰੇ ਕੋਲ ਹਰ ਸਵਾਲ ਦਾ ਜਵਾਬ ਹੈ, ਬਸ ਸਿੱਖਣ ਵਾਲੇ ਬਣੋ। ਕੀ ਕਹਿੰਦਾ? ਅੰਤ ਕਿਉਂ ਜੋ ਪਰਮੇਸ਼ੁਰ ਕਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹਦੇ ਨਾਮ ਨਾਲ ਵਿਖਾਇਆ ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਵੀ ਹੋ। ਸਭ ਬੋਲੇ ਆਮੇ। ਕੀ ਕਹਿੰਦਾ ਸੰਤ ਪੌਲਸ ਮੇਰੀ ਬਿਰਾਨੀਆਂ ਦੀ ਕਲੀਸਿਆ ਨੂੰ? ਕਹਿੰਦਾ, ਪਰਮੇਸ਼ੁਰ ਜਿਹੜਾ ਕਨਿਆਈ ਨਹੀਂ ਆ, ਕਨਿਆਈ ਦਾ ਮਤਲਬ ਅੱਜ ਮੰਨ ਲਓ ਕੋਈ ਬੰਦਾ ਤੁਹਾਡੇ ਕੋਲ ਇੱਕ ਮਹੀਨਾ ਆਪਣੇ ਘਰ 'ਚ ਕੰਮ ਕਰਾ ਕੇ ਬਚੇ, ਜਾ ਜਾ ਭਾਜਾ, ਮੈਂ ਨਹੀਂ ਤੈਨੂੰ ਜਾਣਦਾ, ਮੈਂ ਤੈਨੂੰ ਕੋਈ ਪੈਸਾ ਨਹੀਂ ਦੇਣਾ, ਸਾਡਾ ਪਰਮੇਸ਼ੁਰ ਇੱਦਾਂ ਦਾ ਉਹ ਇੱਦਾਂ ਦਾ ਨਹੀਂ ਆ। ਖੁਦਾ ਕਹਿੰਦਾ, ਤੇਰੀ ਮੈਂ ਹਰੇਕ ਅੱਖ ਦਾ, ਜਦੋਂ ਤੂੰ ਰੋਣਾ ਰੋਇਆ ਮੇਰੇ ਅੱਗੇ, ਤੇਰੀ ਇੱਕ ਇੱਕ ਹੰਝੂ ਨੂੰ ਮੈਂ ਗੁੱਪੀ ਵਿੱਚ ਪਾ ਕੇ ਕੀ ਕੀਤਾ? ਸਮਝ ਆਏਗੀ ਨਹੀਂ? ਕੀ ਕਹਿੰਦਾ? ਕਹਿੰਦਾ, ਕਿਉਂ ਜੋ ਪਰਮੇਸ਼ੁਰ ਕਨਿਆਈ ਨਹੀਂ ਜੋ ਤੁਹਾਡੇ ਪ੍ਰੇਮ ਨੂੰ ਭੁੱਲ ਜਾਵੇ, ਉਸ ਕੰਮ ਨੂੰ ਭੁੱਲ ਜਾਵੇ ਜਿਹੜੇ ਤੁਸੀਂ ਉਹਦੇ ਵਿੱਚ ਵਿਖਾਇਆ ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਵੀ ਹੋ, ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋਂ ਹਰੇਕ ਆਸ ਦੀ ਭਰਪੂਰੀ ਨਾਲ ਅੰਤ ਤੋੜੀ ਇਹੋ ਜਿਹਾ ਯਤਨ ਕਰੇ। ਸਭ ਬੋਲੇ ਆਮੀਨ। ਆਂਦਾ ਤੁਹਾਡੇ ਵਿੱਚੋਂ ਹਰੇਕ ਆਸ, ਮਤਲਬ ਆਸ ਰੱਖ ਕੇ ਆਸ ਦੀ ਭਰਪੂਰੀ ਨਾਲ, ਜਦ ਤੱਕ ਪ੍ਰਭੂ ਨਹੀਂ ਆ ਜਾਂਦਾ ਅਤੇ ਜਦ ਤੱਕ ਆਪਾਂ ਉਠਾਏ ਨਹੀਂ ਜਾਂਦੇ, ਇਸੇ ਤਰ੍ਹਾਂ ਕਰਦੇ ਹੀ ਇੱਕ ਵਾਰ ਕਿਸ਼ਤ ਦੇ ਕੇ ਬਾਅਦ ਚੇਤਾ ਭੁੱਲ ਗਿਆ ਜੀ ਹੁਣ ਨਹੀਂ ਹੈਗੀ। ਨਹੀਂ ਵੀਰੋ, ਤੁਸੀਂ ਇਹ ਨਾ ਬੋਲੋ, ਇੱਕੋ ਗੱਲ ਬੋਲੋ, ਪ੍ਰਭੂ ਮੈਂ ਨਹੀਂ ਦੇ ਸਕਦਾ, ਤੇਰੀ ਦਇਆ ਹੀ ਦੇਗੀ। ਤੁਸੀਂ ਕੀ ਦੇ ਸਕਦੇ ਰੱਬ? ਸਾਰਾ ਕੁਝ ਤਾਂ ਪ੍ਰਭੂ ਦਾ ਵਾ, ਕੀ ਆਪਾਂ ਕੀ ਦਿੰਦੇ? ਉਤਪਤ 2:7 ਐਚ ਕੇ ਲਿਖਿਆ, ਆਂਦਾ ਪ੍ਰਭੂ ਨੇ ਇਨਸਾਨ ਨੂੰ ਮਿੱਟੀ ਤੋਂ ਰਚਿਆ, ਤਾਂ ਉਹਦੀਆਂ ਨਾਸਾਂ 'ਚ ਜੀਵਨ ਦਾ ਸਾਹ ਕੀ ਹੈ? ਅਤੇ ਇਨਸਾਨ ਕੀ ਹੋ ਗਿਆ? ਤੂੰ ਸਾਹ ਕਿੱਦਾਂ ਲੈਣ ਡਿਆ? ਤੂੰ ਪਰਮੇਸ਼ੁਰ ਨੇ ਕੀ ਬੋਲਿਆ? ਕੇਸਰ ਦਾ ਕੇਸਰ ਨੂੰ ਦਿਓ ਅਤੇ ਪ੍ਰਭੂ ਦਾ ਪ੍ਰਭੂ ਨੂੰ ਕੀ ਕਰੋ? ਤਾਂ ਆਪਾਂ ਕਿਹਨੂੰ ਕਿ ਦੋਦਾ ਜੋ ਉਹਨੂੰ ਦਿੰਦੇ? ਪਰ ਸਮਝ ਨਾ ਹੋਣ ਕਰਕੇ ਪ੍ਰਭੂ ਕਹਿੰਦਾ ਮੇਰੀ ਪਰਜਾ ਦਾ ਕੀ ਹੋ ਰਿਹਾ? ਨਾਸ਼ ਹੋ ਰਿਹਾ। ਅੱਗੇ ਕੀ ਲਿਖਿਆ? ਅੰਦਰ ਤਾਂ ਜੋ ਤੁਸੀਂ ਆਲਸੀ ਨਾ ਹੋ, ਸਗੋਂ
ਉਹਨਾਂ ਦੀ ਰੀਸ ਕਰੋ ਜਿਹੜੇ ਨੇਚਾ ਅਤੇ ਧੀਰਜ ਦੇ ਰਾਹੀਂ ਵਾਅਦਿਆਂ ਦੇ ਅਧਿਕਾਰੀ ਹੁੰਦੇ ਹਨ। ਸਭ ਬੋਲੇ ਆਮੀਨ। ਆਉਂਦਾ ਪਹਿਲੇ ਨੰਬਰ 'ਤੇ, ਤੁਸੀਂ ਆਲਸੀ ਨਾ ਹੋ ਕਿਸ਼ਤ ਦੇਣ ਵਿੱਚ, ਆਲਸੀ ਨਾ ਹੋ ਚਰਚਾਉਣ ਵਿੱਚ, ਆਲਸੀ ਨਾ ਹੋ ਤੁਸੀਂ ਪ੍ਰੇਅਰ ਵਿੱਚ, ਅਤੇ ਆਲਸੀ ਨਾ ਹੋ ਕਿਸੇ ਵੀ ਖੁਦਾ ਦੇ ਕੰਮ ਕਰਨ ਵਿੱਚ। ਆਉਂਦਾ ਸਗੋਂ ਉਹਨਾਂ ਦੀ ਰੀਸ ਕਰੋ, ਕੀ ਕਰੋ? ਸਗੋਂ ਉਹਨਾਂ ਦੀ ਰੀਸ ਕਰੋ ਜਿਹੜੇ ਵਿਸ਼ਵਾਸ ਅਤੇ ਹੌਸਲੇ ਦੇ ਰਾਹੀਂ ਵਾਅਦਿਆਂ ਦੇ ਕੀ ਹੋਏ? ਅਧਿਕਾਰੀ ਹੁੰਦੇ। ਸਭ ਬੋਲੇ ਆਮੀਨ। ਤੂੰ ਕਿੰਨੇ ਲੋਕਾਂ ਨੂੰ ਸਮਝਾਈ ਹੁਣ? ਦਓਗੇ ਤਾਂ ਤੁਹਾਨੂੰ ਦਿੱਤਾ ਲਿਖਿਆ ਕਿ ਨਹੀਂ? ਲੂਕਾ ਉਹਦਾ 6:38 ਖੋਲੋ ਸਭ ਫਟਾਫਟ, ਮਿੰਟੋ ਮਿੰਟ ਸੈਰ ਕਰਦੇ ਜੋ ਬਚਨ ਫਟਾਫਟ। ਮੈਂ ਤੁਹਾਨੂੰ ਇਹ ਗੱਲ ਕਹਿੰਦਾ, ਵੇਖੋ ਜੀ, ਜੋ ਸਾਰਾ ਕੁਝ ਬਚਨ ਹੀ ਕਹਿੰਦਾ, ਮੈਂ ਜੇ ਸੁਣੋ, ਜੇ ਮੈਂ ਇੱਦਾਂ ਲੋਕਾਂ ਨੂੰ ਦਾਨ ਦੇ ਬਾਰੇ ਦੱਸਾਂ ਨਾ, ਤਾਂ ਮੈਨੂੰ 36 ਲੋਕ ਫੜਨ ਵਾਲੇ ਆ। 36 ਲੋਕ, ਹਜ਼ਾਰਾਂ ਲੋਕ ਮਿੰਟ 'ਚ ਕਹਿਣਗੇ ਪਾਸਟਰ ਜੀ ਕੀ ਸਿਖਾਉਂਦੇ? ਜਦੋਂ ਬਾਈਬਲ ਦਾ ਪ੍ਰਚਾਰ ਕਰੋਗੇ, ਕੋਈ ਬੰਦਾ ਵੀ ਤੁਹਾਡੇ 'ਤੇ ਐਕਸ਼ਨ ਨਹੀਂ ਲੈ ਸਕਦਾ। ਪਤਾ ਬਚਨ 'ਚੋਂ ਬੋਲੇ ਜੋ ਬਚਨ ਕਹਿ ਰਿਹਾ। ਹਾਂਜੀ, ਪਿਛਲੀ ਸਾਈਡ ਤੋਂ ਪੜ੍ਹ ਦੋ ਜੇ ਕੰਨਿਆ। ਹਾਂ, ਲੂਕਾ 6:38 ਕੀ ਲਿਖਿਆ? ਲਿਖਿਆ, ਦਓ ਤਾਂ ਤੁਹਾਨੂੰ ਦਿੱਤਾ ਜਾਏਗਾ। ਸਭ ਬੋਲੋ, ਦਓ ਤਾਂ ਤੁਹਾਨੂੰ ਦਿੱਤਾ। ਪਹਿਲੇ ਤੁਸੀਂ ਦੇਣਾ ਕਿ ਪ੍ਰਭੂ ਪਹਿਲੇ ਤੁਹਾਨੂੰ ਦੇਵੇ? ਹਾਂਜੀ, ਬਾਈਬਲ 'ਚ ਲਿਖਿਆ, ਦਓਗੇ ਤਾਂ ਤੁਹਾਨੂੰ ਦਿੱਤਾ। ਹੁਣ ਇੱਥੇ ਪਹਿਲੇ ਮੈਂ ਪੈਸੇ ਦੀ ਗੱਲ ਨਹੀਂ ਕਰਦਾ। ਪਹਿਲੇ ਨੰਬਰ 'ਤੇ ਜਿਹੜੇ ਭੈਣ ਭਰਾ ਲੰਬੇ ਸਮੇਂ ਤੋਂ ਚੱਲ ਰਹੇ, ਜਿਹਨਾਂ ਜੀਵਨ ਨਹੀਂ ਦਿੱਤਾ, ਸਭ ਤੋਂ ਪਹਿਲੇ ਆਪਣਾ ਜੀਵਨ ਦੋ ਖੁਦਾ। ਫਿਰ ਬਾਈਬਲ ਪੜ੍ਹਨੀ ਸਟਾਰਟ ਕਰੋ, ਫਿਰ ਰੋਜੇ ਰੱਖਣੇ ਸਟਾਰਟ ਕਰੋ, ਫਿਰ ਪ੍ਰੇਅਰ ਕਰਨੀ ਸਟਾਰਟ ਕਰੋ, ਫਿਰ ਚਰਚ ਆਉਣਾ ਸਟਾਰਟ ਕਰੋ, ਫਿਰ ਲਾਸਟ ਵਿੱਚ ਆਪਣੀ ਕਮਾਈ ਕਰਕੇ ਤਾਂ ਉਹਦਾ ਦਸਵਾਂ ਹਿੱਸਾ ਦੇਣਾ। ਕੀ ਕਰੋ? ਇੱਕ ਗੱਲ ਨਹੀਂ ਮੰਗਦਾ, ਆਟਾ ਨਹੀਂ ਮੰਗਦਾ ਇਕੱਲਾ। ਤੂੰ ਕਿੰਨੇ ਲੋਕਾਂ ਨੇ ਸੁਣਿਆ, ਪ੍ਰਭੂ ਯਿਸੂ ਨੇ ਆਖਿਆ, ਦਓ ਤਾਂ ਤੁਹਾਨੂੰ ਦਿੱਤਾ, ਪੂਰਾ ਨਾਪ ਦੱਬ ਦੱਬ ਕੇ, ਹਲਾ ਹਲਾ ਕੇ, ਅਤੇ ਡੁੱਲਦਾ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਨਾਪ ਨਾਲ ਤੁਸੀਂ ਮਿਣਦੇ ਹੋ, ਉਸੇ ਨਾਲ ਮੁੜ ਤੁਹਾਡੇ ਲਈ ਮਿਣਿਆ। ਕੀ ਹੈ? ਤੂੰ ਕਿੰਨੇ ਚਾਹੁੰਦੇ ਤੁਹਾਡੇ ਲਈ ਪ੍ਰਭੂ ਡਬਲ ਕਰਕੇ ਮਿਣੇ? ਕਰੋ ਕਰੋ, ਅੱਤ ਕਿੰਨੇ ਚਾਹੁੰਦੇ ਆ? ਜਿੰਨਾ ਨਹੀਂ ਅੱਤ ਕੀਤਾ ਨਾ, ਸਮਝ ਲਓ ਵੀ ਉਹ ਨਹੀਂ ਚਾਹੁੰਦੇ, ਤੇ ਉਹ ਵੀ ਨਹੀਂ ਚਾਹੁੰਦਾ ਦੇਣਾ। ਆਂਦਾ ਜੇ ਬਾਹ ਕਰੋਗੇ ਤਾਂ ਹੈ, ਜਿਹਦੀ ਬਾਹ ਰਹੇਗੀ ਥੱਲੇ ਉਹਦੇ ਕੁਛ ਨਹੀਂ ਪੈਣਾ। ਹਾਂ, ਜਿਹਦੀ ਬਾਹ ਰਹਿਣੀ ਥੱਲੇ ਉਹਦੇ ਕੁਛ ਨਹੀਂ ਪੈਣਾ। ਫਿਰ ਖੁਦਾ ਕੀ ਕਹਿੰਦਾ? ਮੈਂ ਕਿਹਾ ਕਿੰਨੇ ਲੋਕ ਤਾਂ ਕਈ ਹੱਥ ਹੀ ਨਹੀਂ ਚੁੱਕਿਆ, ਵਿਚਾਰੇ ਕਿਉਂ ਹੱਥ ਚੁੱਕਣ? ਪਰੇਸ਼ਾਨ ਹੈ ਨਾ ਵਿਚਾਰੇ, ਅੱਜ ਬੈਠ ਕੇ ਵੀ ਬੈਠਣਾ ਵੀ ਬੜਾ ਮੁਸ਼ਕਲ ਹੋ ਰਿਹਾ ਉਹਨਾਂ ਲਈ। ਉਤਕਧਾਰੀਆਂ ਲੜ ਰਹੀਆਂ, ਉਹਨਾਂ ਨੂੰ ਬਹੁਤ ਜਾਂਦੀਆਂ ਵੀ ਛੇਤੀ ਕਰ ਭੱਜੀਏ, ਠੰਡਾ ਠੰਡਾ ਪਾਣੀ ਪੀਏ ਥੱਲੇ ਜਾ ਕੇ। ਮੇਰੇ ਭੈਣ ਭਰਾਓ, ਮੇਰੇ ਕੋਲ ਤਾਂ ਬਚੋਗੇ, ਪਰ ਅੱਗੇ ਸਿੰਘਾਸਨ ਦੇ ਅੱਗੇ ਵੀ ਖਲੋਣਾ, ਮੇਰੇ ਕੋਲ ਤਾਂ ਬਚੋਗੇ, ਮੈਂ ਕੀ ਕਹਿ ਲੈਣਾ? ਤੁਸੀਂ ਮੈਨੂੰ ਮਾੜਾ ਜਿਹਾ ਕਹਿੰਦੇ ਕਿ ਤੇਰੇ ਚਰਚ ਲੈਣਾ, ਦੂਜੇ ਚੱਲ ਲੈਣਾ, ਫਿਰ ਕੀ ਹੋ ਜਾਏਗਾ? ਕੋਈ ਚੱਕਰ ਨਹੀਂ, ਕੋਈ ਟੈਨਸ਼ਨ ਨਹੀਂ। ਅਤੇ ਜਿੱਦਣ ਉਹਦੇ ਸਿੰਘਾਸਨ ਦੇ ਅੱਗੇ ਖਲੋਗੇ, ਫਿਰ ਪੁੱਤ ਭੱਜ ਕੇ ਦਿਖਾਓ, ਫਿਰ ਕਿੱਥੇ ਭੱਜਣਾ ਜੀ? ਭੱਜੋਗੇ? ਬਾਈਬਲ 'ਚ ਲਿਖਿਆ, ਕੀ ਵੱਡਾ ਕੀ ਛੋਟਾ ਪ੍ਰਭੂ ਦੇ ਸਿੰਘਾਸਨ ਦੇ ਅੱਗੇ ਖੜੇ ਕੀਤੇ ਜਾਣਗੇ। ਅਤੇ ਲਿਖਿਆ, ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਉਹਨਾਂ ਦਾ ਨਿਉਂ ਕੀਤਾ। ਕੀ ਹੈ? ਕਿੱਥੇ ਜਾਵਾਂਗੇ ਫਿਰ? ਭੈਣੋ ਥੋੜ੍ਹਾ ਜਿਹਾ ਪਿੱਛੇ ਲੈ ਜਾਓ, ਪਿੱਛੇ ਲੈ ਜਾਓ, ਜਿਹੜਾ ਬੱਚਾ ਰੋ ਰਿਹਾ ਲੈ ਰਿਹੋ, ਲੈ ਰਿਹੋ, ਥੋੜ੍ਹਾ ਜਿਹਾ ਉਹ ਸਾਈਡ 'ਤੇ ਚਲ ਜਾਓ, ਪਿਛਲੇ ਬਣੇ। ਹਾਲੇਲੂਇਆ, ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਕਹਿੰਦਾ, ਦਓਗੇ ਤਾਂ ਤੁਹਾਨੂੰ ਦਿੱਤਾ ਜਾਏਗਾ, ਪੂਰਾ ਨਾਪ ਦੱਬ ਦੱਬ ਕੇ, ਹਲਾ ਹਲਾ ਕੇ, ਅਤੇ ਡੁੱਲਦਾ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਨਾਪ ਨਾਲ ਤੁਸੀਂ ਮਿਣਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਮਿਣਿਆ।
ਤੋ ਜੇ ਤੁਸੀਂ 4000 ਦਿੰਦੇ ਨਾ ਤੇ 2000 ਲੈਣ ਦੀ ਆਸ ਰੱਖਦੇ, ਜੇ ਤੁਸੀਂ 2000 ਦਿੰਦੇ ਤੇ 4000 ਲੈਣ ਦੀ ਆਸ ਰੱਖਦੇ, ਜੇ 4 ਦਿੰਦੇ ਤੇ 8 ਦੇਗਾ, 8 ਦੋਗੇ ਤੇ 16 ਦੇਗਾ, 16 ਦੋਗੇ ਤੇ 32 ਦੇਗਾ, 32 ਦੋਗੇ ਤੇ 64 ਦੇਗਾ। ਇਹ ਨਹੀਂ ਕਿ ਤੁਹਾਡਾ ਲੈ ਕੇ ਰੱਖ ਲਿਓ, ਇੰਨਾ ਦਾ ਪ੍ਰਭੂ ਨਹੀਂ ਹੈਗਾ। ਇੱਕ ਐਤ ਹੋਰ ਪੜਾਂਗੇ ਆਪਾਂ, ਸਭ ਕ੍ਰੰਥੀਆਂ ਉਹਦਾ 1:15 ਦੀ 8ਵੀਂ ਐਤ ਪੜਾਂਗੇ। ਬਹੁਤ ਸਾਰੇ ਪੜਾਂਗੇ, ਸੁਣੋ। ਹੁਣ ਜਿਹੜੇ ਭੈਣ ਭਰਾ ਸੋਚਦੇ ਕਿ ਸ਼ਾਇਦ ਮੇਰੇ ਦੇਣ ਦੇ ਨਾਲ ਸ਼ਾਇਦ ਮੈਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ, ਉਹਦੇ ਵਾਸਤੇ ਮੇਰਾ ਵਚਨ ਆ। 15:58 ਕਹਿੰਦਾ, ਸੁਖੀ ਮੇਰੇ ਪਿਆਰੇ ਭਰਾਓ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮਾਂ ਵਿੱਚ ਸਦਾ ਵਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ। ਸਭ ਬੋਲੇ ਆਮੀਨ। ਕੀ ਕਹਿੰਦਾ ਸੰਤ ਪੌਲਸ? ਕਹਿੰਦਾ ਕਿ ਪ੍ਰਭੂ ਦੇ ਕੰਮਾਂ ਵਿੱਚ ਵਧਣਾ ਘਟਣਾ ਨਹੀਂ ਆ। ਸਮਝ ਆ ਰਹੀ ਕਿ ਨਹੀਂ ਆ ਰਹੀ? ਕਹਿੰਦਾ ਪ੍ਰਭੂ ਵਿੱਚ ਕੀਤੀ ਮਿਹਨਤ ਤੁਹਾਡੀ ਵਿਅਰਥ ਕੀ ਹੈ? ਖੁਦਾ ਤੁਹਾਨੂੰ ਕੀ ਦੇਣ ਵਾਲਾ? ਹਰ ਚੀਜ਼ ਦਾ ਤੁਹਾਨੂੰ ਖੁਦਾ ਆਸ਼ਿਸ਼ ਦੇਵੇਗਾ, ਪਰ ਕਿੱਦਾਂ? ਜੇ ਤੁਸੀਂ ਉਹਦੇ ਵਚਨਾਂ ਦੇ ਅਕੋਰਡਿੰਗ ਚੱਲੋਗੇ। ਅੱਜ ਕਲੀਸੀਆ ਦੇ ਅੰਦਰ ਵਚਨ ਨਹੀਂ ਹੈ, ਜੇ ਸਵਾਲ ਪੁੱਛੀਦਾ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿੱਥੇ ਲਿਖਿਆ, ਪਤਾ ਨਹੀਂ ਹੈ ਵੀ ਕਿ ਨਹੀਂ ਹੈ। ਤੁਸੀਂ ਇੱਦਾਂ ਚੱਲਣ ਡੇ ਕਿ ਜਿੱਦਾਂ ਆਪਣੇ ਤਰੀਕੇ ਨਾਲ, ਜਿੱਦਾਂ ਪਤਾ ਨਹੀਂ ਕਿੱਧਰ ਨੂੰ ਤੁਰੇ ਫਿਰਨੇ, ਕੋਈ ਤੁਹਾਨੂੰ ਪਤਾ ਨਹੀਂ ਅੱਗੇ ਖੱਡਾ ਵਾ, ਪਤਾ ਨਹੀਂ ਅੱਗੇ ਗੱਡੀ ਆ ਗਈ ਆ, ਪਤਾ ਨਹੀਂ ਨੇਰੇ 'ਚ ਕੀ ਨੱਠੇ ਵਜੇ ਫਿਰ, ਪਤਾ ਹੀ ਨਹੀਂ। ਬੱਚਨ ਨੂੰ ਫੋਲੋ ਨਹੀਂ ਕਰਦੇ। ਬਾਈਬਲ ਪੜੋਗੇ, ਬਾਈਬਲ ਤੁਹਾਨੂੰ ਇੱਕ ਇੱਕ ਪਲੈਨ ਦੇਵੇਗੀ, ਕਿੱਥੇ ਖਲੋਣਾ, ਕਿਹਦੇ ਨਾਲ ਮਿਲਣਾ, ਕਿਹੜੇ ਯਾਰ, ਕਿਹਨੂੰ ਛੱਡਣਾ, ਕਿਹਦੇ ਨਾਲ ਰੱਖਣਾ, ਉਹ ਸਾਰਾ ਕੁਝ ਸਿਖਾਏਗੀ। ਸਮਝ ਆ ਰਹੀ ਕਿ ਨਹੀਂ ਆ ਰਹੀ? ਅੱਜ ਜਿੰਨਾ ਵੀ ਟਾਈਦ ਤੇ ਸਾਰਾ ਟਾਈਦ ਤੇ ਕਿ ਟਾਈਦ ਨੂੰ ਦੇਣਾ, ਕੀ ਪਾਸਟਰ ਜੀ ਨੇ ਬੋਲਿਆ ਆਡੀਓ 'ਚ, ਕਹਿੰਦਾ ਜਿਹੜਾ ਬੰਦਾ ਆਪਣੇ ਟਾਈਦ ਨੂੰ ਦੇ ਗਿਆ ਤਾਂ ਸਭ ਤੋਂ ਵੱਡੀ ਗਲਤੀ ਕਰਦਾ। ਆਂਦਾ ਖੁਦਾ ਜਿਹੜਾ ਬੰਦਾ ਦਿੰਦਾ ਨਹੀਂ ਨਾ, ਉਹਦੇ ਆਈਡੀਏ 'ਤੇ ਕਦੀ ਵੀ ਅਧਿਕਾਰ ਨਹੀਂ ਰੱਖਦਾ। ਆਂਦਾ ਬਾਅਦ 'ਚ ਭਾਵੇਂ 2 ਲੱਖ ਹੋਵੇ, 20 ਲੱਖ ਹੋਵੇ, ਆਂਦਾ ਜਦੋਂ ਸਮਾਂ ਨਿਕਲ ਗਿਆ ਉਹ ਤੁਹਾਡੇ ਕਿਸੇ ਵੀ ਕੰਮ ਦਾ ਸੁਣਿਆ ਤਾਂ ਹੈਗਾ ਤੁਸੀਂ। ਆਂਦਾ ਸਭ ਤੋਂ ਵੱਡੀ ਗਲਤੀ ਆ ਜੋ ਤੁਸੀਂ ਆਪਣੇ ਪ੍ਰਭੂ ਦੇ ਕੰਮਾਂ ਨੂੰ ਵਧਾ ਨਹੀਂ ਰਹੇ। ਤੂੰ ਇੱਥੇ ਕੀ ਕਹਿੰਦਾ? ਸੰਤ ਪੌਲਸ ਨੇ ਕਿਹਾ ਤੁਹਾਡੀ ਪ੍ਰਭੂ 'ਚ ਮਿਹਨਤ ਕੀ ਆ? ਵਿਅਰਥ ਨਹੀਂ ਆ। ਆਮੀ ਤੂੰ ਕਿੰਨੇ ਲੋਕਾਂ ਨੂੰ ਸਮਝਾਈ ਆ? ਸਮਝ ਕਿੰਨੇ ਲੋਕਾਂ ਨੂੰ ਲੱਗੀ ਆ? ਜਬੂਰ 126 ਉਹਦੀ 5:6 ਐਤ ਪੜਾਂਗੇ। ਸਭ ਖੋਲੋ ਫਟਾਫਟ, ਮਿੰਟੋ ਮਿੰਟ ਖੋਲਦੇ ਜਾਓ, ਕਿਉਂਕਿ ਅੱਜ ਮੇਰੀ ਸਪੈਸ਼ਲ ਸੀਟ 'ਤੇ ਮੀਟਿੰਗ ਆ, ਕਿਉਂਕਿ ਇਹ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਜਿੱਦਾਂ ਖਰਚੇ ਆਉਂਦੇ ਆ, ਜੇ ਮੈਂ ਪ੍ਰਚਾਰ ਨਹੀਂ ਕਰਾਂਗਾ ਤਾਂ ਖਰਚੇ ਕਦੀ ਵੀ ਪੂਰੇ ਨਹੀਂ ਹੋਣਗੇ, ਇਸ ਕਰਕੇ ਕਰਨਾ ਪੈਣਾ। ਪੰਜ ਜਬੂਰ 126 ਉਹਦੀ 5, ਆਂਦਾ ਜਿਹੜੇ ਹੰਝੂਆਂ ਨਾਲ ਬੀਜਦੇ ਹਨ ਉਹ ਜਕਾਰਿਆਂ ਦੇ ਨਾਲ ਵੱਢਣਗੇ। ਹੁਣ ਹੰਝੂਆਂ ਨਾਲ ਬੀਜਣ ਦਾ ਮਤਲਬ ਕਿ ਦੁੱਖਾਂ ਵਿੱਚ ਬੀਜਣਾ, ਭਾਵੇਂ ਸਾਡੇ ਘਰ ਦੇ ਵਿੱਚ ਤੰਗੀ ਆ ਤਾਂ ਵੀ। ਹੁਣ ਰਾਤ ਦੇ ਸਮੇਂ ਖੁਦਾ ਦੀ ਦਾਸੀ ਕੀ ਕਹਿ ਰਹੀ, ਮੈਂ ਰਾਤੀ ਇਹਦੇ ਨਾਲ ਗਰਮ ਹੋ ਗਿਆ, ਮੈਂ ਕਿਹਾ ਸਾਰਾ ਠੇਕਾ ਸਾਨੂੰ ਥੋੜ੍ਹੀ ਆ, ਮੈਂ ਕਿਹਾ ਸਾਨੂੰ ਥੋੜ੍ਹੀ ਠੇਕਾ ਵੀ ਸਾਰਾ ਹੋਈ ਆਪਣਾ, ਜੋ ਵੀ ਜੇ ਸਾਡੇ ਘਰ ਦਾ ਵੀ ਖਾਣਾ ਪੀਣਾ ਬੱਚਿਆਂ ਤੋਂ ਵੀ ਸਾਰਾ ਉੱਧਰ, ਅਸੀਂ ਵੀ ਤਾਂ ਕੁਝ ਰੱਖਣਾ ਕਿ ਨਹੀਂ, ਸਾਡੇ ਵੀ ਰਿਸ਼ਤੇਦਾਰ ਆਉਂਦੇ, ਸਾਡੇ ਕਿੰਨੇ ਖਰਚੇ ਕਰਦੇ। ਤੋ ਭੈਣ ਭਰਾ ਦੇ ਰਮਾਨ ਨਾ ਬੇਟੇ, ਵੀ ਅਸੀਂ ਤਾਂ ਤਾਰੀ ਜਾਂਦੇ, 20 ਲੱਖ ਤਾਰ ਤੋਂ ਹੁਣ ਕਿੰਨਾ ਕੁ ਤਾਰ ਦੀਏ? ਹੁਣ ਗਾੜੀ 13 ਲੱਖ ਕਲੀਸੀਆ ਤਾਰੇ ਨਾ, ਮੈਂ ਥੋੜ੍ਹੀ ਤਾਰਨਾ। ਅਤੇ ਰਾਤ ਦੇ ਸਮੇਂ ਕਹਿੰਦੀ ਪਤਾ ਨਹੀਂ ਕਿਹਨੂੰ ਫੋਨ ਕਰਦੀ ਕਿ ਵੇਖੋ ਦੱਸਦਾ ਵੀ ਸ਼ਰਮ ਆਉਂਦੀ, ਪਰ ਮੈਂ ਦੱਸਾਂਗਾ ਮੈਨੂੰ ਸੰਗ ਨਹੀਂ ਆ। ਇਹ ਮਾਸੀ ਨੂੰ ਫੋਨ ਕਰਦੀ, ਮਾਸੀ ਇੱਧਰੋਂ 2 ਗੰਢੇ ਭੇਜਦੀ ਸਬਜ਼ੀ 'ਚ ਪਾਉਣੇ, ਮੈਂ ਕਿਹਾ ਇਹ ਕੱਢ ਬਾਹਰ ਫੜਾ, ਮੈਂ ਕਿਹਾ ਚੱਲ ਲੈ ਗਿਆ, ਮੈਂ ਕਿਹਾ ਇਹਦੇ ਟਾਈਦ ਵੀ ਦੇਈ ਜਾਂਦੇ, ਔਫਰਿੰਗ ਵੀ ਦੇਈ ਜਾਂਦੇ, ਸਾਰਾ ਕੁਝ ਦੇਈ ਜਾਂਦੇ, ਤਾਂ ਇਹ ਕੀ ਕਹੀ ਅਸੀਂ ਮੂੰਹ ਤਾਂ ਨੂੰ ਹੁਣ ਬੰਨ ਲਈਏ? ਹੈ ਸ਼ਰਮ ਆਉਣੀ ਚਾਹੀਦੀ ਕਿ ਨਹੀਂ?
ਕਿਸ ਤਰੀਕੇ ਨਾਲ ਉਹ ਆਪਣੇ ਦਾਸ ਕਿੱਦਾਂ ਘਰ ਦਾ ਗੁਜ਼ਾਰਾ ਕਰ ਰਿਹਾ। 200-200 ਰੁਪਏ ਦੀ ਗੈਸ ਭਰਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨੇ ਆ, ਵੀ ਕਿਸ਼ਤ ਨੂੰ ਅੱਗ ਲੱਗ ਜੇ ਉਹ ਤਰ ਜੇ। ਸਹੀ ਗੱਲ, ਮੈਨੂੰ ਗੁੱਸੇ ਨਾਲ ਬੋਲਣਾ ਪੈਂਦਾ ਕਈ ਗੱਲਾਂ ਫਿਰ, ਕਿਉਂਕਿ ਵੇਖੋ ਸਾਨੂੰ ਆਪ ਸ਼ਰਮ ਜਿਹਾ ਆਉਣੀ ਚਾਹੀਦੀ ਆ ਵੀ ਇੱਕ ਬੰਦਾ ਆਪਣੇ ਘਰ ਦਾ ਗੁਜ਼ਾਰਾ, ਮੇਰੇ 4 ਬੱਚੇ ਆ, ਕੱਲ੍ਹ ਨੂੰ ਮੇਰਾ ਮੁੰਡਾ 18 ਸਾਲਾਂ ਵੀ ਆ, 2-3 ਦਿਨ ਮੈਂ ਵਿਆਹੁਣਾ ਨਹੀਂ। ਤਾਂ ਆਪਾਂ ਨੇ ਇਹ ਕਹਿੰਦੇ ਵੀ ਚੱਲ ਕੋਈ ਨਹੀਂ, ਛੱਡੋ ਜੀ ਆਪੇ ਦੇ ਦੂ, ਕੀ ਅਤੇ ਕੀ ਦੇਵਾਂਗੇ ਅਤੇ ਕੀ ਕਰਾਂਗੇ, ਤੇ ਵਿੱਚ ਗੁੱਸੇ ਦੀ ਗੱਲ ਨਹੀਂ। ਅਸੀਂ ਕਿੰਨੇ ਕੁ ਆਪਣੇ ਕੋਲ ਦੇਈ ਜਾਵਾਂਗੇ, ਜਿਹੜਾ ਆਪਣਾ ਕਹਿਣਾ ਉਹ ਵੀ ਦੇਈ ਜਾਣਦੇ ਹਾਂ, ਕਿੰਨੇ ਕੁ ਦਿਨ ਚੱਲੂਗੇ ਕੰਮ। ਬੱਚੇ ਸਾਡੇ ਵਾਰ ਵਾਰ ਬਣਗੇ, ਮੰਮੀ ਆਹ ਪੈ ਦੀ, ਇਹ ਕਹਿੰਦੀ ਟੁੱਟੇ ਨਹੀਂ ਹੈਗੇ, ਹੁਣ ਪਤਾ 500 ਟੁੱਟ ਗਿਆ ਤੇ ਗਿਆ ਹੈ। ਆਪਣੇ ਘਰ ਦਾ ਕਿੱਦਾਂ ਗੁਜ਼ਾਰਾ ਕਰਨੇ, ਇੰਨੇ ਤੇ ਇੱਕ ਦਿਨ ਮੇਰੇ ਕੋਲ ਰਹਿ ਰਹੇ ਹੋ ਜਿੰਨੇ ਰਹਿਣਾ, ਤੇ ਫਿਰ ਸਾਨੂੰ ਸ਼ਰਮ ਆਉਣੀ ਚਾਹੀਦੀ ਕਿ ਨਹੀਂ ਸਾਨੂੰ ਸਾਰਿਆਂ ਨੂੰ ਜਿਹੜੇ ਨਹੀਂ ਇਹ ਕੰਮ ਕਰ ਰਹੇ। ਤੁਹਾਡਾ ਦਾਸ ਕੀ ਤੁਹਾਡੇ ਨਾਲ ਦਿਲ ਤੋਂ ਪਿਆਰ ਕਰੂਗਾ, ਤੁਹਾਡੇ ਤੋਂ ਦੁਖੀ ਹਾਂ ਮੈਂ, ਉਹਨਾਂ ਤੋਂ ਮੈਂ ਦੁਖੀ ਜਿਹੜੇ ਇਹ ਗੱਲ ਨੂੰ ਨਹੀਂ ਮੰਨ ਰਹੇ, ਕਿਉਂਕਿ ਉਹਨਾਂ ਮੈਨੂੰ ਅੱਗੇ ਚੜਾ ਕੇ ਨਾ ਪਤਾ ਕੀ ਕੀਤਾ, ਜਿੱਦਾਂ ਪੌੜੀ 'ਤੇ ਚੜਾ ਕੇ ਡੰਡਾ ਖਿੱਚ ਲਿਆ, ਹੁਣ ਕਾਕਾ ਅੜਿਆ ਰਿਹਾ, ਅਤੇ ਪਰ ਮੜੂੰਗਾ ਨਹੀਂ ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਜੀ, ਕਿਉਂਕਿ ਸਤਰ ਕਮੀਸ ਕਪਤਨ ਗੋਨ ਜਦੋਂ ਬਲ ਦੀ ਭੱਟੀ ਵਿੱਚ ਸੁੱਟਿਆ, ਖੁਦਾ ਨੇ ਉਹਨਾਂ ਦੀ ਮਦਦ ਕੀਤੀ ਕਿ ਨਹੀਂ, ਤੂੰ ਮੈਨੂੰ ਨਹੀਂ ਅੜਨ ਦੇਗਾ, ਮੇਰਾ ਉਹ ਰੱਬ ਆ। ਪਰ ਮੈਂ ਉਹ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਵੇਖੋ ਤੁਹਾਡੇ ਦਾਸ ਕਿਸ ਤਰੀਕੇ ਨਾਲ ਘਰ ਦਾ ਗੁਜ਼ਾਰਾ ਕਰ ਰਹੇ ਆ, ਪਰ ਆਪਾਂ ਕੀ ਕਰ ਰਹੇ ਹਾਂ, ਪਰ ਮਾਨ ਆਪਣੇ ਘਰ ਖਾ ਰਹੇ, ਪੀ ਰਹੇ, ਮੌਜਾਂ ਲੈ ਰਹੇ ਹਾਂ। ਤੁਹਾਨੂੰ ਪਤਾ ਹੁਣ ਸਾਡੇ ਘਰ ਹੁਣ ਜਿਹੜਾ ਵੀ ਭੈਣ ਭਰਾ ਕੋਈ ਵਿਸ਼ਵਾਸੀ ਵੀ ਆਉਂਦਾ, ਅਸੀਂ ਕਦੀ ਕਿਸੇ ਨੂੰ ਚਾਹ ਪਾਣੀ ਤੋਂ ਬਿਨਾਂ ਨਹੀਂ ਜਾਣ ਦਿੱਤਾ, ਸਮਝ ਆ ਰਹੀ ਕਿ ਨਹੀਂ ਆ ਰਹੀ। ਅਤੇ ਜੇ ਇੱਕ ਬੰਦੇ ਨੂੰ ਪਾਣੀ 'ਤੇ ਚਾਹ ਨਾ ਨਾ ਪੁੱਛੇ, ਹਾਂ ਗਏ ਹਾਂ ਦੱਸਾਂ ਤਾਂ ਕਰੋ ਨਾ, ਅਤੇ ਕਿਤੇ ਫੋਕੀ ਚਾਹ ਵੀ ਨਹੀਂ ਸਾਨੂੰ ਪੁੱਛੀ, ਚਾਹ ਕਿੱਦਾਂ ਬਣਦੀ, ਪੈਸਿਆਂ ਤੋਂ ਬਿਨਾਂ ਬਣਦੀ। 200 ਰੁਪਏ ਦਾ ਰੋਜ਼ ਹੀ ਦੁੱਧ ਆਉਂਦਾ, ਅਤੇ ਪਤਾ ਨਹੀਂ 300-400 ਦਾ ਦੁੱਧ ਹੀ ਲੱਗ ਜਾਂਦਾ ਰੋਜ਼ ਦਾ, ਕਿੱਥੋਂ ਆਉਣ ਡਿਆ। ਹੁਣ ਮੈਂ ਦੁੱਖ ਨਾਲ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਮੇਰਾ ਹੈ, ਮੇਰਾ ਆਪਣਾ ਜਿਹੜਾ ਮੇਰਾ ਪਰਸਨਲ ਹੈ, ਉਹ ਵੀ ਉੱਥੇ ਜਾਣ ਡਿਆ, ਤਾਂ ਮੈਂ ਘਰ ਦਾ ਗੁਜ਼ਾਰਾ ਕਿੱਦਾਂ ਕਰੂੰਗਾ। ਮੈਂ ਤੁਹਾਨੂੰ ਇਹ ਸਵਾਲ ਸਾਰਿਆਂ ਨੂੰ ਪੁੱਛਣਾ ਚਾਹੁੰਦਾ, ਕਿੱਦਾਂ ਕਰਾਂਗਾ ਮੈਂ, ਕੋਈ ਸੋਚ ਆਉਂਦੀ ਕਿ ਨਹੀਂ, ਕਿਉਂ ਵੀ ਸਾਨੂੰ ਸੋਚ ਆਉਣੀ ਚਾਹੀਦੀ ਕਿ ਨਹੀਂ ਇਹੋ ਜਿਹੀ ਗੱਲ ਤੋਂ, ਕਿ ਮੈਂ ਕਿੰਨੇ ਦਿਨ ਆਪਣੇ ਘਰ ਦਾ ਵੀ ਮੰਨ ਲਓ ਸਾਰੇ ਮੈਂ ਘਰ ਦੇ ਵੀ ਦੇਈ ਜਾਵਾਂ, ਅਤੇ ਮੇਰੇ ਘਰ 'ਚ ਰੱਬ ਨਾ ਕਰੇ ਗੋਭੀ ਨਾ ਵੀ ਹੋ ਕੇ ਮੈਨੂੰ ਕਿੰਨੇ ਦੇਣੇ, ਹਾਂਜੀ ਉਹ ਸੋਚ ਆਉਂਦੀ ਸਾਨੂੰ, ਸਮਝ ਆ ਰਹੀ ਕਿ ਨਹੀਂ ਆ ਰਹੀ। ਜਿਹੜਾ ਮੇਰਾ ਪਰਸਨਲ ਖਾਣਾ ਜੋ ਮੇਰੇ ਘਰ ਦਾ ਜੋ ਮੇਰਾ ਆਪਣਾ ਉਹ ਵੀ ਉੱਥੇ ਚੱਲ ਗਿਆ, ਜਿਹੜਾ ਮੇਰਾ ਗੱਲਾਂ ਖੁੱਲ੍ਹਦਾ ਉਹ ਵੀ ਉੱਥੇ ਚੱਲ ਗਿਆ, ਐਤਵਾਰ ਦਾ ਵੀ ਉੱਥੇ ਚੱਲ ਗਿਆ, ਬੁੱਧਵਾਰ ਦਾ ਵੀ ਉੱਥੇ ਚੱਲ ਗਿਆ, ਜਿਹੜੀ ਰੋਜ਼ ਹੀ ਰਾਤ ਨੂੰ ਵਿਜ਼ਿਟ ਕਰਦੇ ਉਹ ਵੀ ਉੱਥੇ ਚੱਲ ਗਈ, ਅਤੇ ਮੈਂ ਛਣਕਣੇ ਵਜਾਉਣੇ ਘਰ ਬਹਿ ਗਏ। ਹਾਂਜੀ ਤਾਂ ਜਿੰਨਾ 15-15, 16-16 ਹਜ਼ਾਰ ਇਕੱਠਾ ਕਰਕੇ ਬੈਠੇ ਆ, ਉਹਨਾਂ ਨੂੰ ਤਾਂ ਫਿਰ ਜ਼ਿਆਦਾ ਸ਼ਰਮ ਆਉਣੀ ਚਾਹੀਦੀ ਹੈ, ਆਉਣੀ ਚਾਹੀਦੀ ਕਿ ਨਹੀਂ। ਤੁਸੀਂ ਸਿਆਣੇ ਜੇ ਮੰਨ ਲਓ ਹੁਣ ਘਰ ਦੇ ਵਿੱਚ ਤੁਹਾਡੇ ਰਿਸ਼ਤੇਦਾਰ, ਤੁਹਾਨੂੰ ਪਤਾ ਕਿ ਸਾਡੇ ਘਰ 'ਚ ਆ, ਆਪਾਂ ਕਿਸ਼ਤ ਅਗਲੀ ਵਾਰ ਦੇ ਦਾਂ ਕਿ ਆਪਾਂ ਆਪਣਾ ਕੰਮ ਸਾਰ ਲਈਏ, ਕੀ ਗੱਲ ਮੇਰੀ ਰਿਸ਼ਤੇਦਾਰ ਨਹੀਂ ਹੈਗੀ, ਸਮਝ ਆ ਰਹੀ ਕਿ ਨਹੀਂ ਮੈਂ ਕੀ ਕਹਿਣ ਡਿਆ ਵਾਂ ਹੈ। ਤੂੰ ਆਪੇ ਵੇਖ ਲਓ ਕਿਸੇ ਬੰਦੇ ਨੇ ਗੱਲ ਪੁੱਛੀ, ਮੈਂ ਇੱਕ ਤੁਹਾਨੂੰ ਦੂਸਰੀ ਉਦਾਹਰਨ ਦੇਣੀ ਚਾਹੁੰਦਾ। ਮੇਰੀ ਮੰਮੀ ਮੈਨੂੰ ਇਹ ਵੋ ਇੱਕ ਵੋਟ ਦੱਸ ਦਿੰਦੀ ਆ, ਕੀ ਮੈਨੂੰ ਚੇਤਾ ਭੁੱਲ ਗਿਆ ਗੱਲ 'ਚ, ਮੈਨੂੰ ਖੁਦਾ ਵੇ ਯਾਦ ਨਹੀਂ, ਇੱਕ ਬੜੀ ਬੈਸਟ ਉਦਾਹਰਨ ਸੀ ਤੁਹਾਨੂੰ ਸਿਖਾਉਣ ਵਾਸਤੇ, ਉਦਾਹਰਨ ਹੀ ਪਰ ਪ੍ਰਭੂ ਨਹੀਂ ਚਾਹੁੰਦਾ ਕਿ ਮੈਂ ਬੋਲਾਂ, ਕਿਉਂਕਿ ਖੁਦਾ ਜਿਹੜਾ ਕਦੀ ਵੀ ਮਿਲਾਵਟ ਦੀ ਸ਼ਿਕਸ਼ਾ ਨਹੀਂ ਕਰਦਾ, ਉਹ ਸਿਰਫ ਆਪਣੇ ਤੋਂ ਇਲਾਵਾ ਕਿਸੇ ਵੀ ਦੂਜੇ ਦੀ ਗੱਲ ਨਹੀਂ ਬੋਲਦਾ, ਇਸ ਕਰਕੇ ਉਹ ਨਹੀਂ ਚਾਹੁੰਦਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਵੇਖੋ ਤੁਸੀਂ ਆਪ ਸਿਆਣੇ ਜੇ, ਹੁਣ ਭੈਣ ਹਰਿੰਦਰਾ ਸਾਡੇ ਵਿੱਚ ਬੈਠੀ ਆ, ਹਰਿੰਦਰਾ ਦੇ ਉੱਪਰ ਇੰਨਾ ਕਰਜ਼ਾ ਵਿਚਾਰੀ ਦੇ ਉੱਤੇ,
ਤੇ ਮੈਨੂੰ ਦੋ ਦਿਨ ਪਹਿਲਾਂ ਪਤਾ ਲੱਗਾ ਕਿ ਬਾਰ ਬਾਰ ਕਦੀ ਕੋਈ ਫੋਨ ਕਰਦਾ ਉਹਨੂੰ, ਕਦੀ ਕੋਈ ਫੋਨ ਕਰਦਾ। ਉਹ ਦੁੱਖ ਵਿਚਾਰੀ ਮੇਰੇ ਨਾਲ ਬੋਲਦੀ ਆਣਗੀ, ਹੈ ਉਹ ਮੇਰੀ ਭੈਣ ਆ, ਕਿੱਦਾਂ ਵਿਚਾਰੀ ਬੀਜਣ ਡਈ ਆ, ਕਿਸ ਤਰ੍ਹਾਂ ਦੇਣ, ਸਾਰੇ ਤੰਗੀ ਜਿਹੜੇ ਆ, ਕਿਹਨੂੰ ਤੰਗੀ ਨਹੀਂ ਆ। ਹੁਣ ਜੇ ਮੇਰੀ ਸਾਰੀ ਕਲੀਸੀਆ ਮੈਨੂੰ ਦੇਵੇ ਤਾਂ ਮੈਨੂੰ ਕਦੀ ਘਰ 'ਚ ਕੋਈ ਗੰਢਿਆਂ ਦੀਆਂ ਚੀਜ਼ ਦੀ ਖੇਤ ਮਕੂਲੀ ਜਿਹੀਆਂ ਚੀਜ਼ਾਂ ਜਿਹੜੀਆਂ ਇੱਦਾਂ ਹੀ ਹੋਣਗੀਆਂ। ਹੁਣ ਜਦੋਂ ਦੀ ਜਗ੍ਹਾ ਲਈ ਮੈਂ ਸੱਚ ਗੱਲ ਤੰਗ ਆ ਜਗ੍ਹਾ 'ਤੇ ਲੈਣ ਦਾ ਕਰਕੇ, ਮੈਂ ਬਹੁਤ ਦੁਖੀ ਉਹਦੇ ਨੂੰ, ਚੰਗਾ ਮੈਂ ਇੱਦਾਂ ਸੀਗਾ ਰੈਂਟ 'ਤੇ ਲੈ ਸਕਦਾ ਚੰਗਾ ਸੀ, ਕਿਉਂਕਿ ਭੈਣ ਭਰਾ ਨਹੀਂ ਧਿਆਨ ਦੇ ਰਹੇ, ਉਹਨਾਂ ਨੂੰ ਕਿਹਾ ਕੋਈ ਨਹੀਂ ਮੈਂ। ਪਰ ਵੇਖੋ ਤੁਹਾਨੂੰ ਅੱਜ ਮੈਂ ਵਾਰ ਵਾਰ ਕਹਿੰਦਾ ਮੇਰਾ ਖੱਪਣ ਦਾ ਕੰਮ ਹੈ, ਕਿਉਂਕਿ ਮੇਰਾ ਕੰਮ ਹੈ ਮੈਂ ਬੋਲਣਾ ਹੀ ਆ। ਤੁਸੀਂ ਇਹਨੂੰ ਕਰਨਾ ਤਾਂ ਨਹੀਂ ਕਹਿੰਦੇ ਅੱਜ ਤੋਂ ਤੁਹਾਡੇ 'ਤੇ ਹੀ ਆ, ਪਰ ਤੁਹਾਨੂੰ ਇੱਕ ਦੁੱਖ ਜ਼ਰੂਰ ਰੱਬ ਯਾਦ ਕਰਾਏਗਾ, ਹੁਣ ਨਹੀਂ ਕਰਾਏਗਾ ਪਰ ਮਰਨ ਤੋਂ ਬਾਅਦ ਕਰਾਏਗਾ। ਮਰਨ ਤੋਂ ਬਾਅਦ ਤੁਹਾਡੀ ਰੂਹ ਨੂੰ ਜਦੋਂ ਰੱਖ ਕੇ ਸਾੜੇਗਾ ਨਾ, ਉੱਥੇ ਵੀ ਜਦੋਂ ਮੇਰਾ ਦਾਸ ਕਲਪਦਾ ਤਾਂ ਉਹਦੇ ਘਰ ਦੀ ਗੁਜ਼ਾਰਾ ਕੀ, ਤੂਰ ਮਾਰਨਾ ਖਾ ਕੇ ਸੋਨਾ ਇਸ ਚੀਜ਼, ਤੈਨੂੰ ਉਹਦੇ ਘਰ ਦਾ ਕਦੀ ਉਹਦੇ ਘਰ ਵੱਲ ਜਾ ਕੇ ਵੇਖਿਆ ਹੀ। ਕਿੰਨੀ ਵਾਰ ਬਾਈਬਲ ਦੇ ਵਿੱਚ ਲਿਖਿਆ ਆਂਦਾ ਆਪਣੇ ਵੱਲ ਨਹੀਂ ਕਿ ਦੂਜੇ ਦੇ ਵੱਲ ਵੀ ਕੀ ਕਰੋ। ਫਿਲਪੀਆਂ 'ਚ ਪੜ੍ਹ ਕੇ ਵੇਖਿਆ ਜੀ, ਇੱਕ ਐਤ ਪੜ੍ਹੋ ਫਿਲਪੀਆਂ 'ਚ ਬਸ, ਇੱਥੇ ਮੈਂ ਸਮਾਪਤੀ ਕਰਾਂਗਾ, ਇਹਦੂ ਜ਼ਿਆਦਾ ਨਹੀਂ ਬਦਲਣਾ। ਮੇਰੇ ਭੈਣ ਭਰਾ ਤੁਸੀਂ ਆਪ ਸੋਚੋ, ਜੇ ਤੁਹਾਡੇ ਦਾਸ ਤੰਗ ਹੈ ਤਾਂ ਤੁਹਾਡੇ ਤੁਸੀਂ ਕਿੰਨੇ ਕੁ ਖੁਸ਼ ਹੋ ਸਕਦੇ ਜੀ। ਕਿੰਨੀ ਵਾਰ ਬਾਈਬਲ 'ਚ ਲਿਖਿਆ ਜਿਹੜਾ ਆਪਣੇ ਦਾਸ ਨੂੰ ਰੱਦਦਾ ਵਾ, ਉਹ ਕਿਹਨੂੰ ਰੱਦਦਾ? ਉਹ ਪਰਮੇਸ਼ਵਰ ਨੂੰ ਰੱਦਦਾ। ਕਹਿੰਦਾ ਜਿਹੜਾ ਮੇਰੇ ਦਾਸ ਨੂੰ ਕਬੂਲ ਕਰਦਾ ਮੈਨੂੰ ਕਬੂਲ ਕਰਦਾ, ਅਤੇ ਕਹਿੰਦਾ ਜਿਹੜਾ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਉਹ ਮੈਨੂੰ ਕੀ ਹੈ? ਤਾਂ ਤੁਸੀਂ ਕਿਹਨੂੰ ਰੱਦਣ ਡੇ ਜੇ? ਫਿਰ ਫਿਲਪੀਆਂ ਕਿਉਂਕਿ ਮੈਨੂੰ ਯੂਟਿਊਬ 'ਤੇ ਬੋਲਣ ਦੇ ਸੰਗ ਨਹੀਂ, ਮੈਨੂੰ ਕੋਈ ਨਹੀਂ, ਕਿਉਂਕਿ ਮੈਂ ਸੇਵਾ ਕਰਨ ਡਿਆ, ਜੋ ਰਿਐਲਿਟੀ ਮੈਂ ਉਹ ਦੱਸਣੀ ਹੈ, ਨਾਲੇ ਲੋਕ ਸੁਣਨਗੇ ਅਤੇ ਨਾਲੇ ਤੁਹਾਡੇ 'ਤੇ ਹੱਸਣਗੇ। ਸੁਣੋ ਫਿਲਪੀਆਂ 2:4 ਕਹਿੰਦਾ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਕੀ ਕਰੇ? ਨਿਗਾਹ ਕਰੇ। ਕਦੀ ਕਿਸੇ ਨੇ ਮੇਰੇ 'ਤੇ ਨਿਗਾਹ ਕੀਤੀ ਆ? ਕਹਿੰਦਾ ਤੁਹਾਡੇ ਵਿੱਚੋਂ ਹਰੇਕ ਆਪਣੇ 'ਤੇ ਨਹੀਂ ਆਦਾ, ਪਰ ਦੂਜਿਆਂ ਦੇ ਹਾਲ ਉੱਤੇ ਵੀ ਕੀ ਕਰੋ? ਧਿਆਨ ਮਾਰੋ। ਤੇ ਗੱਲਾਂ ਸੁਣਨੀਆਂ ਬੜੀਆਂ ਔਖੀਆਂ, ਇਹਨੂੰ ਪਹੁੰਚਾਉਣਾ ਤਾਂ ਸਭ ਤੋਂ ਜ਼ਿਆਦਾ ਔਖਾ ਵਾ। ਤਾਂ ਮੈਂ ਤੁਹਾਨੂੰ ਵਾਰ ਵਾਰ ਇਹੋ ਗੱਲ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ, ਚਰਚ ਤੁਹਾਡਾ ਵਾ, ਇਹਨੂੰ ਮਿਨਿਸਟਰੀ ਨੂੰ ਤੁਸੀਂ ਵਧਾਉਣਾ ਹੈ, ਤੁਹਾਡੇ 'ਤੇ ਆ, ਇਹਨੂੰ ਤੋੜਨਾ ਫਿਰ ਵੀ ਤੁਹਾਡਾ ਵਾ। ਜੇ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਣ ਕੇ ਨਹੀਂ ਧਿਆਨ ਦਿੰਦੇ ਤਾਂ ਉਹਦੇ ਗੁਨੇਗਾਰ ਵੀ ਤੁਸੀਂ ਜੇ ਮੈਂ ਨਹੀਂ ਆ। ਜੋ ਪਿਛਲੀ ਵਾਰ ਖੁਦਾ ਦੀ ਦਾਸੀ ਨੇ ਤੁਹਾਨੂੰ ਇਸ ਜਗ੍ਹਾ 'ਤੇ ਬ੍ਰਿਜ ਕੀਤਾ ਵਾ, ਤੂੰ ਸਾਰਿਆਂ ਧਿਆਨ ਦੇ ਕੇ ਸੁਣਿਆ, ਕਿੰਨੇ ਲੋਕਾਂ ਨੇ ਯਾਦ ਰੱਖਿਆ ਜੋ ਪਿਛਲੇ ਸੰਡੇ ਦੀ ਸਿੱਖ ਕੇ ਗਏ? ਦੱਸੋ ਮੈਨੂੰ ਕਿੰਨੇ ਲੋਕਾਂ ਨੂੰ ਯਾਦ? ਹੱਥ ਖੜ੍ਹੇ ਕਰੋ, ਇੱਧਰ ਹੱਥ ਖੜ੍ਹੇ ਕਰੋ ਜਿਨ੍ਹਾਂ ਨੇ ਸਿੱਖਿਆ ਪਿਛਲੇ ਸੰਡੇ ਜੋ ਖੁਦਾ ਦੀ ਦਾਸੀ ਨੇ ਵਚਨ ਦਿੱਤਾ, ਕਿੰਨੇ ਲੋਕਾਂ ਨੂੰ ਯਾਦ ਆ? ਲਓ ਜੀ, ਤੁਸੀਂ ਨਾ ਕੋਈ ਖੋਤੀ ਹੱਥਾਂ ਲੱਭੋ, ਮੈਂ ਤੁਹਾਨੂੰ ਸੱਚ ਦੱਸਣਾ ਚਾਹੁੰਦਾ ਹੈ, ਤੁਸੀਂ ਨਹੀਂ ਸਿੱਖਣ ਦੇ ਸੁਭਾਅ ਚਾਹੁੰਦੇ, ਤੁਸੀਂ ਸਾਨੂੰ ਵੀ ਨਰਕਾਂ 'ਚ ਲੈ ਕੇ ਜਾਣਾ, ਅਸੀਂ ਵੀ ਨਾਲ ਹੀ ਜਾਣਾ। ਵੇਖਿਓ ਪਤਾ ਕੀ ਆ, ਇੱਕ ਪਾਸਟਰ ਦੇ ਕੋਲ ਬੰਦਾ ਹੁੰਦਾ, ਸੁਣੋ ਮੇਰੀ ਧਿਆਨ ਨਾਲ ਗੱਲ ਸੁਣੋ, ਕਲੀਸੀਆ ਉਹ ਜਿਹੜੀ ਫੋਲੋ ਕਰਦੀ ਆ, ਇਹ ਕਲੀਸੀਆ ਕਲੂਸੀਆ ਨਹੀਂ ਹੈਗੀ, ਤੁਸੀਂ ਇੱਕ ਡਰਾਮਾਟਿਕ ਪਾਲਟੀ ਜੇ, ਮੈਂ ਤੁਹਾਨੂੰ ਸੱਚ ਦੱਸਾਂ। ਕੋਈ ਪਾਸਟਰ ਸੀ, ਪਾਸਟਰ ਸੈਮੂਅਲ ਮੇਰੇ ਡੈਡੀ ਦਾ ਗੁਰੂ, ਉਹਦੇ ਕੋਲ ਇੱਕ ਬੰਦਾ ਆਉਂਦਾ ਸੀ, ਪਹਿਲੇ ਹਫ਼ਤੇ ਮੀਟਿੰਗ ਅਟੈਂਡ ਕੀਤੀ, ਦੂਜੇ ਹਫ਼ਤੇ ਮੀਟਿੰਗ ਅਟੈਂਡ ਕੀਤੀ, ਤੀਜੇ ਮੀਟਿੰਗ ਅਟੈਂਡ ਕੀਤੀ, ਚੌਥੇ ਕੀਤੀ। ਪਹਿਲੇ ਹਫ਼ਤੇ ਉਹਨੂੰ ਪੁੱਛਿਆ ਪਿਛਲੇ ਹਫ਼ਤੇ ਕੀ ਸਿੱਖ ਕੇ ਗਿਆ, ਉਹਨੂੰ ਨਹੀਂ ਪਤਾ। ਦੂਜੇ ਹਫ਼ਤੇ ਫਿਰ ਪੁੱਛਿਆ, ਕਹਿੰਦਾ ਪਤਾ ਨਹੀਂ ਮੈਨੂੰ ਨਹੀਂ ਪਤਾ। ਤੀਜੇ ਹਫ਼ਤੇ ਪੁੱਛਿਆ, ਕਹਿੰਦਾ ਯਾਦ ਆ, ਆਉਂਦਾ ਨਹੀਂ। ਚੌਥੇ ਹਫ਼ਤੇ ਯਾਦ ਆਉਂਦਾ, ਆਪਣਾ ਬੈਗ ਚੁੱਕ ਦੇ ਚੱਲ, ਗੈਟ ਆਊਟ ਹੋ ਜਾ ਤੂੰ। ਕਿਉਂ ਕਿਹਾ ਨੇ? ਅਸੀਂ ਨਹੀਂ ਚਾਹੁੰਦੇ ਕੋਈ ਕਲੀਸੇ ਟੁੱਟੇ, ਪਰ ਇਹੋ ਜਿਹੇ ਲੋਕਾਂ ਨੇ ਸਾਨੂੰ ਵੀ ਨਰਕਾਂ ਵਿੱਚ ਲੈ ਗਈਏ, ਸਮਝਾਈ ਕਿ ਨਹੀਂ? ਉਹਨੇ ਪਾਸਟਰ ਸੈਮੂਅਲ ਨੇ ਕਿਹਾ ਆਪਣਾ ਬੈਗ ਚੁੱਕ ਤੇ ਹੋਰ ਚਰਚ 'ਚ ਚੱਲਿਆ, ਇੱਥੇ ਨਾ ਵੜੀ ਜਾਂਦਾ ਭਾਜਾ। ਕਿਉਂ?
ਇਹਦੇ ਪਿੱਛੇ ਬੜਾ ਵੱਡਾ ਕਾਰਨ ਸੀ ਕਿਉਂਕਿ ਉਹ ਚਰਚ ਜ਼ਰੂਰ ਆਉਂਦਾ ਸੀ ਪਰ ਖੁਦਾ ਦੇ ਵਚਨ ਆਪਣੀ ਜਿਹਨ ਵਿੱਚ ਕੀ ਹੈ ਅਤੇ ਜੇ ਤੁਸੀਂ ਨਹੀਂ ਰੱਖਣ ਦੇ ਕੀ ਗੱਲ ਫਿਰ ਤੁਹਾਡੀ ਇੱਥੇ ਇੱਜ਼ਤ ਹੋਣ ਦੀ ਹੈ। ਹੁਣ ਮੰਨ ਲਓ ਜੀ ਸਕੂਲੇ ਪੜ੍ਹਦੇ ਹਾਂ ਅਤੇ ਜੇ ਆਪਣੇ ਟੀਚਰ ਦੀ ਗੱਲ ਨਹੀਂ ਮੰਨਦੇ ਜੇ ਧਿਆਨ ਦੇ ਕੇ ਉਹਦੀ ਨਹੀਂ ਸੁਣਦੇ ਤਾਂ ਉੱਥੇ ਚੱਲਦੇ ਨਹੀਂ, ਕੀ ਟੀਚਰ ਤੁਹਾਨੂੰ ਹਾਰ ਪਾਵੇਗਾ? ਬੋਲੋ ਸਾਰੇ। ਉਹਨੇ ਉਸੇ ਲਈ ਪਾਸਟਰ ਨੇ ਕਹਿੰਦਾ ਮੈਨੂੰ ਤੇਰੇ ਦਾਨ ਦਾ ਲਾਲਚ ਨਹੀਂ, ਤੇਰੇ ਦਾਨ ਨੇ ਮੈਨੂੰ ਵੀ ਨਰਕਾਂ 'ਚ ਕੀ ਹੋ ਜਾਣਾ, ਹਾਂ ਤਾਂ ਤੂੰ ਆਪਣਾ ਦਾਨ ਚੁੱਕ ਅਤੇ ਬੈਗ ਵੀ ਫੜ ਅਤੇ ਚੱਲ ਹੋਰ ਚਰਚ 'ਚ ਵੜ ਜਾ, ਇੱਥੋਂ ਕੀ ਹੋ ਜਾ ਗੈਟ ਆਊਟ ਹੋ ਜਾ। ਤੋ ਅੱਜ ਦੀ ਜਿੰਨੀ ਛਿੱਲ ਲੱਥੀ ਆ ਨਾ ਅਤੇ ਜੇ ਤਾਂ ਕਿਤੇ ਬੁੱਧੀ ਵਾਲੇ ਹੋਵਾਂਗੇ ਤਾਂ ਫਿਰ ਬੜੀ ਸੋਹਣੀ ਗੱਲ ਆ। ਹੁਣ ਦਾਸੀ ਨੇ ਛੋਟਾ ਜਿਹਾ ਕਲਿੱਪ ਦਿੱਤਾ 20 ਮਿੰਟ 19 ਮਿੰਟ ਦਾ ਸਾਰਾ ਵਚਨ, ਉਹ ਵੀ ਨਹੀਂ ਸਾਨੂੰ ਯਾਦ ਉਹਨੇ ਕੀ ਸਮਝਾਇਆ, ਉਹ ਵੀ ਨਹੀਂ ਸਾਨੂੰ ਚੇਤੇ, ਤਾਂ ਕੀ ਕਰਾਂਗੇ ਫਿਰ? ਐਂ ਤਾਂ ਬੜਾ ਜ਼ਿਆਦਾ ਬੋਲ ਗਿਆ, ਮੈਂ ਇੰਨਾ ਬੋਲ ਗਿਆ, ਤੁਹਾਨੂੰ ਇੰਨਾ ਕਿੱਥੋਂ ਯਾਦ ਰਹਿਣਾ? ਕਿਹੜੇ ਲੋਕ ਸੁਣਦੇ ਆ? ਕੋ ਅਸਰ ਹੈਗਾ ਕਿ ਬੰਦ ਕਰ ਦਈਏ? ਹਾਂਜੀ, ਤੁਸੀਂ ਵਚਨ ਨਹੀਂ ਯਾਦ ਰੱਖਦੇ ਤਾਂ ਕੀ ਰੱਬ ਤੁਹਾਡਾ ਕੰਮ ਕਰੇ, ਕੀ ਖੁਦਾ ਤੁਹਾਡਾ ਕਰੇ? ਖੁਦਾ ਦੇ ਵਾਅਦੇ ਦੀ ਬੋਝ ਜੇ, ਬੋਝ ਜੇ। ਮੈਂ ਇੱਕ ਦਿਨ ਲੂਕਾ ਦੀ ਜੀਲ ਵਿੱਚ ਇੱਕ ਵਚਨ ਪੜ੍ਹ ਰਿਹਾ, ਪਰਮੇਸ਼ਵਰ ਖੰਜੀਰ ਦੇ ਬਿਰਸ਼ ਦੇ ਕੋਲ ਆਇਆ, ਲਿਖਿਆ 3 ਵਾਰ ਕਹਿੰਦਾ ਮੈਂ ਤੇਰੇ ਕੋਲ ਆਇਆ ਪਰ ਤੈਨੂੰ ਕੋਈ ਵੀ ਫਲ ਨਹੀਂ ਲੱਗਾ। ਤਾਂ ਪ੍ਰਭੂ ਨੇ ਕੀ ਬੋਲਿਆ? ਆ ਤੈਨੂੰ ਪੁੱਟ ਦੇਣ ਵਾਧੂ ਦਾ ਥਾਂ ਹੀ ਕੀ ਕੀਤਾ, ਕਿਤੇ ਉਹ ਲੋਕ ਤਾਂ ਨਹੀਂ ਜੇ ਤੁਸੀਂ, ਤੁਸੀਂ ਵਾਧੂ ਦਾ ਥਾਂ ਹੀ ਕੀ ਧਰਤੀ 'ਤੇ ਕੀ ਕੀਤਾ ਵਾ? ਜਿਹੜੇ ਬੰਦੇ ਨੇ ਇਹ ਨਹੀਂ ਪਤਾ ਬਾਈਬਲ ਦਾ ਕੀ ਮਤਲਬ, ਇਹਦਾ ਇਹ ਗੱਲ ਦਾ ਕੀ ਮਤਲਬ, ਤੁਹਾਨੂੰ ਪਤਾ ਨਹੀਂ ਆ ਤੁਸੀਂ ਕਿੰਨੇ ਕਿੰਨੇ ਚਿਰ ਤੋਂ ਮਸੀਹ ਦੇ ਵਿੱਚ ਜੀ। 5 ਕੁਆਰੀਆਂ ਮੂਰਖ ਅਤੇ 5 ਚਤਰ, ਤੁਹਾਨੂੰ ਕਿਉਂ ਨਹੀਂ ਸਮਝੇਗੀ? ਫਿਰ ਤੁਹਾਨੂੰ ਪੁੱਛਿਆ ਗਿਆ ਖੁਦਾ ਦੀ ਦਾਸੀ ਨੇ ਕੀ ਵਚਨ ਬੋਲਿਆ, ਤੁਹਾਨੂੰ ਵੀ ਨਹੀਂ ਯਾਦ। 1 ਸਾਲ ਦੀ ਗੱਲ ਸਾਨੂੰ ਚੇਤੇ ਰਹਿ ਜਾਂਦੀ ਹੈ, ਮਜ਼ਾਕ ਸਾਨੂੰ ਚੇਤੇ ਰਹਿ ਜਾਂਦਾ, ਪਰ ਸਾਨੂੰ ਜੋ ਜਿੰਨੇ ਸਵਰਗ 'ਚ ਖੜਦਾ ਉਹਦਾ ਸਾਨੂੰ ਕੋਈ ਚੇਤਾ ਨਹੀਂ। ਇੱਕ ਭੈਣ ਨੂੰ ਸਿਰਫ ਚੇਤਾ ਵਾ। ਹਾਂਜੀ 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 ਹਾਂ। ਫਸਟ ਜ਼ਬੂਰ 'ਚੋਂ ਖੁਦਾ ਦੀ ਦਾਸੀ ਨੇ ਪ੍ਰਚਾਰ ਕੀਤਾ ਕਿ ਧੰਨ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ 'ਤੇ, ਤਾਂ ਆਪਾਂ ਕਿਹਦੀ ਮੱਤ 'ਤੇ ਚੱਲਣ ਡਿਆ? ਹਾਂਜੀ ਕੀ ਸਹੀ ਗੱਲ ਤੁਹਾਡੇ ਹਾਜ਼ਰ ਜਵਾਬ ਮਿੰਟੋ ਮਿੰਟ ਆਉਂਦਾ, ਇੱਧਰ ਮੈਂ ਬੋਲਦਾ ਨਾਲ ਹੀ ਕਿਹੜੇ 'ਚ ਜਵਾਬ ਦਿੰਦੇ, ਇੱਧਰ ਆਉਂਦਾ ਇੱਧਰ ਜਵਾਬ ਹੁੰਦਾ, ਮੈਂ ਇਹ ਗਲਤੀ ਹਾਂ ਭਰਾ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ, ਆਪਣੇ ਘਰ ਲਈ ਸੀਰੀਅਸ ਹੋ ਜਾਓ, ਆਪਣੇ ਬੱਚਿਆਂ ਲਈ ਸੀਰੀਅਸ ਹੋ। ਵੀਰੋ ਜੇ ਇਕੱਲਾ ਧਰਤੀ ਦੀ ਕਮਾਈ ਕਰ ਲਓਗੇ ਤਾਂ ਉਹ ਨਾਲ ਨਹੀਂ ਜੇ ਜਾਣੀ, ਨਾਲੇ ਉਹ ਕਮਾਈ ਜਾਣੀ ਜਿਹਦੇ ਸਾਨੂੰ ਪਤਾ ਨਹੀਂ। ਤੋ ਇਸ ਸਮੇਂ ਮੈਨੂੰ ਖੁਦਾ ਜਾਣਦਾ ਕਿ ਮੈਂ ਤੁਹਾਨੂੰ ਕਿਸ ਲੇਬਲ 'ਤੇ ਵੇਖਣਾ ਚਾਹੁੰਦਾ ਵਾਂ, ਤੁਸੀਂ ਨਹੀਂ ਮੈਨੂੰ ਜਾਣ ਸਕਦੇ, ਸਮਝਦੇ? ਤੁਹਾਨੂੰ ਮੈਂ ਇੱਕ ਦਿਨ ਹੀਰੇ ਦੀ ਕੀਮਤ ਦੇ ਬਾਰੇ ਦੱਸਿਆ ਸੀ ਕਿ ਹੀਰੇ ਦੀ ਕੀਮਤ ਕੀ ਆ, ਨਹੀਂ ਲੋਕਾਂ ਨੂੰ ਪਤਾ ਹੀਰਾ ਕੀ ਆ। ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੇਣ ਡਿਆ ਨਾ, ਤੁਸੀਂ ਚੁਟਕੀ ਮਾਰਦੇ ਨਾਲ ਬਾਹਰ ਨਿਕਲਣਾ ਪਰ ਪਤਾ ਹੀ ਨਹੀਂ, ਅਤੇ ਜਾਂ ਆਪਾਂ ਨਿਕਲਣਾ ਨਹੀਂ ਚਾਹੁੰਦੇ। ਆਮੀਨ। ਤੋ ਇੱਥੇ ਆਪਾਂ ਮੀਟਿੰਗ ਨੂੰ ਬਰਖਾਸਤ ਕਰਦੇ ਹਾਂ। ਆਓ ਸੱਜਣ, ਲਾਸਟ ਵਾਲਾ ਸੌਂਗ ਹੋਏਗਾ ਸਿਸਟਰ ਦੇ ਨਾਲ, ਉਸ ਤੋਂ ਬਾਅਦ ਜਿਹਨਾਂ ਦੀ ਉਹ ਇੱਕ ਔਫਰਿੰਗ ਹੋਏਗੀ, ਨਾਲ ਔਫਰਿੰਗ ਇਕੱਠੀ ਕਰ ਲਓ ਜਿਹਦੀ ਔਫਰਿੰਗ 'ਤੇ ਡਿਊਟੀ ਹੈ। ਤੋ ਮੇਰੇ ਭੈਣ ਭਰਾ ਅੱਜ ਦੇ ਵਚਨ ਨੂੰ ਯਾਦ ਰੱਖਣਾ, ਮੈਨੂੰ ਨਹੀਂ ਪਤਾ ਨਹੀਂ ਯਾਦ ਰਹਿਣਾ ਕਿ ਰਹਿਣਾ, ਤੁਹਾਨੂੰ ਆਹ ਝਿੜਕਾਂ ਯਾਦ ਰਹਿਣੀਆਂ, ਇਹ ਤੁਹਾਨੂੰ ਵਾਰ ਵਾਰ ਯਾਦ ਰਹਿਣੀ ਕਿ ਸਾਨੂੰ ਆਹ ਗੱਲੋਂ ਸੰਤਾਂ ਨੇ ਬੋਲਿਆ, ਬਾਕੀ ਤਾਂ ਨਹੀਂ ਮੈਨੂੰ ਪਤਾ ਰਹਿਣਾ ਕਿ ਨਹੀਂ ਰਹਿਣਾ।